ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਦੀਪ ਕੌਰ ਸਿੱਧੂ। ਅੱਜ ਅਸੀਂ ਪ੍ਰਾਈਵੇਟ ਸਕੂਲਸ ਬਾਰੇ ਗੱਲ ਕਰਾਂਗੇ ਅਤੇ ਉਹਨਾਂ ਬੱਚਿਆਂ ਬਾਰੇ ਗੱਲ ਕਰਾਂਗੇ ਜਿਹੜੇ ਕਿ ਪ੍ਰਾਈਵੇਟ ਸਕੂਲਸ ਦੇ ਵਿੱਚ ਪੜ੍ਹਦੇ ਨੇ, ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ। ਮੈਨੂੰ ਇਹ ਕਿਤੇ ਨਾ ਕਿਤੇ ਫੀਲ ਹੁੰਦਾ ਜਿਵੇਂ ਕਿ ਐਜੂਕੇਸ਼ਨ ਅਕੈਡਮਿਕਸ ਦੇ ਮੈਂ ਬਹੁਤ ਕਲੋਜ਼ ਹਾਂ, ਬਹੁਤ ਸਾਰੇ ਸਕੂਲਸ ਅਕਸਰ ਵਿਜ਼ਿਟ ਕਰਦੀ ਰਹਿੰਦੀ ਹਾਂ, ਬਹੁਤ ਸਾਰੇ ਕਾਲਜਿਸ, ਯੂਨੀਵਰਸਿਟੀਜ਼। ਮੇਰੇ ਅਕਸਰ ਹੀ ਇੱਥੇ ਗੈਸਟ ਲੈਕਚਰਸ ਹੁੰਦੇ ਰਹਿੰਦੇ ਨੇ ਜਾਂ ਮੈਂ ਸਕੂਲਾਂ ਦੇ ਬਹੁਤ ਕਰੀਬ ਹਾਂ, ਹਾਲਾਂਕਿ ਮੈਂ ਸਰਕਾਰੀ ਸਕੂਲਾਂ ਦੇ ਬਹੁਤ ਕਰੀਬ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਅੱਜ ਇਹ ਜਿਹੜਾ ਟੋਪਿਕ ਆ ਉਹ ਐਜੂਕੇਸ਼ਨ ਨਾਲ ਰਿਲੇਟਿਡ ਆ। ਸੋ ਮੇਰਾ ਮਨ ਸੀ ਕਿ ਮੈਂ ਇਹਦੇ 'ਤੇ ਜ਼ਰੂਰ ਬੋਲਾਂ, ਬਿਕੋਜ਼ ਬਹੁਤ ਸਾਰੇ ਪੇਰੈਂਟਸ ਨੇ ਜਾਂ ਬਹੁਤ ਸਾਰੇ ਸਕੂਲਸ ਨੇ ਜਿਹੜੇ ਕਿ ਇੱਕ ਦੁਵਿਧਾ 'ਚ ਨੇ, ਤਣਾਅ ਦੇ ਵਿੱਚ ਨੇ। ਹਾਲਾਂਕਿ ਹਰ ਸੈਕਟਰ ਹੀ ਅੱਜ, ਭਾਵੇਂ ਉਹ ਰੈਸਟੋਰੈਂਟਸ ਦੀ ਗੱਲ ਕਰ ਲਈਏ, ਅਸੀਂ ਜਿਮਸ ਦੀ ਗੱਲ ਕਰ ਲਈਏ, ਜਿਊਲਰੀ ਲਾਈਨ ਦੀ ਗੱਲ ਕਰ ਲਈਏ, ਕਿਸੇ ਵੀ ਬਿਜ਼ਨਸ ਦੀ ਗੱਲ ਕਰ ਲਈਏ, ਕਿਸੇ ਵੀ ਆਰਗਨਾਈਜੇਸ਼ਨ ਦੀ ਗੱਲ ਕਰ ਲਈਏ, ਹਰ ਕੋਈ ਇਹੀ ਦੇਖ ਰਿਹਾ ਕਿ ਨਵੇਂ ਤਰੀਕੇ ਨਾਲ ਕਿੱਦਾਂ ਕੰਮ ਅਸੀਂ ਕਰਨਾ ਹੈ ਜਾਂ ਫਿਰ ਜਿਹੜੀ ਕਰੰਟ ਸਮੱਸਿਆ ਹੈ ਉਹਨੂੰ ਅਸੀਂ ਕਿੱਦਾਂ ਜਿਹਦਾ ਕਿ ਉਹਦਾ ਸੋਲਿਊਸ਼ਨ ਕਰਨਾ। ਸੋ ਹੋ ਸਕਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੱਜ ਸਹਿਮਤ ਹੋਣ ਜਾਂ ਸਹਿਮਤ ਨਾ ਹੋਣ, ਫਿਰ ਵੀ ਮੈਂ ਆਪਣੇ ਵਿਊਜ਼ ਜਿਹੜੇ ਆ ਉਹ ਅੱਜ ਰੱਖਣਾ ਚਾਹੁੰਦੀ ਸੀ ਕਿ ਜਿਵੇਂ ਕਿ ਖਾਣਾ ਬਹੁਤ ਜ਼ਰੂਰੀ ਆ, ਅੱਜ ਸਾਨੂੰ ਇਹ ਫੀਲ ਹੋ ਗਿਆ ਕਿ ਰੋਟੀ ਬਹੁਤ ਜ਼ਰੂਰੀ ਆ ਅਤੇ ਬੇਸਿਕ ਨੀਡ ਜਿਹੜੀ ਆ ਉਹ ਖਾਣੇ ਦੀ ਹੀ ਆ, ਫਿਰ ਅਸੀਂ ਸਿਹਤ ਨੂੰ ਵੀ ਬਹੁਤ ਜ਼ਿਆਦਾ ਪ੍ਰੈਫਰੈਂਸ ਅਸੀਂ ਦੇ ਰਹੇ ਹਾਂ ਕਿਉਂਕਿ ਸਾਨੂੰ ਇਹ ਅਹਿਸਾਸ ਹੋ ਗਿਆ ਕਿ ਚੰਗੇ ਹੋਸਪਿਟਲਸ ਬਹੁਤ ਜ਼ਰੂਰੀ ਨੇ ਅੱਜ, ਚੰਗੇ ਡਾਕਟਰਸ ਬਹੁਤ ਜ਼ਰੂਰੀ ਨੇ, ਚੰਗੀਆਂ ਸਿਹਤ ਸੇਵਾਵਾਂ ਬਹੁਤ ਜ਼ਰੂਰੀ ਨੇ। ਪਰ ਕਿਤੇ ਨਾ ਕਿਤੇ ਜਿਹੜਾ ਇਹ ਚੀਜ਼ ਮਿਸਿੰਗ ਆ ਕਿ ਸਿੱਖਿਆ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ। ਸੋ ਮੈਂ ਸਾਰੇ ਹੀ ਪੇਰੈਂਟਸ ਨੂੰ, ਹਰ ਇੱਕ ਫੈਮਿਲੀ ਨੂੰ ਮੇਰੀ ਰਿਕੁਐਸਟ ਆ, ਮੇਰਾ ਸੁਝਾਅ ਆ ਜਾਂ ਮੇਰਾ ਓਪੀਨੀਅਨ ਮੈਂ ਆਪਣਾ ਸ਼ੇਅਰ ਕਰਨਾ ਚਾਹੁੰਦੀ ਕਿ ਜਿੰਨਾ ਜ਼ਰੂਰੀ ਸਾਨੂੰ ਅੱਜ ਸਿਹਤ ਲੱਗ ਰਹੀ ਆ, ਜਿੰਨੀ ਜ਼ਰੂਰੀ ਸਾਨੂੰ ਖਾਣਾ ਲੱਗ ਰਿਹਾ, ਓਨਾ ਜ਼ਰੂਰੀ ਹੀ ਸਾਡਾ ਜਿਹੜਾ ਸੋਚਣ ਦਾ ਤਰੀਕਾ ਵਾ, ਓਨਾ ਜ਼ਰੂਰੀ ਹੀ ਸਾਨੂੰ ਜਿਹੜੀ ਆ ਉਹ ਸਿੱਖਿਆ ਵੀ ਲੱਗਣੀ ਜਿਹੜੀ ਆ ਬਹੁਤ ਜ਼ਰੂਰੀ ਆ। ਸੋ ਕਰੰਟਲੀ ਕਿਤੇ ਨਾ ਕਿਤੇ ਪੇਰੈਂਟਸ ਜਾਂ ਕਿਤੇ ਨਾ ਕਿਤੇ ਬਹੁਤ ਲੋਕ ਜਿਹੜੇ ਆ ਉਹ ਐਜੂਕੇਸ਼ਨ ਨੂੰ ਆਪਾਂ ਇੰਨਾ ਇੰਪੋਰਟੈਂਟ ਨਹੀਂ ਮੰਨ ਰਹੇ, ਬਟ ਫਿਰ ਵੀ ਬਹੁਤ ਸਾਰੇ ਸਟੂਡੈਂਟਸ ਹੁੰਦੇ ਨੇ, ਜੇ ਮੈਂ ਆਪਣੀ ਖੁਦ ਦੀ ਵੀ ਗੱਲ ਕਰਾਂ ਕਿ ਸਾਡਾ ਕਈ ਵਾਰੀ ਇੱਕ ਲੈਕਚਰ ਟੀਚਰ ਦਾ ਇੱਕ ਲੈਕਚਰ ਸੁਣਿਆ ਹੀ ਜਾਂ ਫਿਰ ਕਿਸੇ ਟੀਚਰ ਨਾਲ ਕੋਈ ਵੀ ਇੱਕ ਗੱਲ ਜੋ ਵੀ ਸਾਨੂੰ ਟੀਚਰ ਮੋਟੀਵੇਟ ਕਰਦਾ ਉਹਦੇ ਨਾਲ ਹੀ ਬੱਚੇ ਦੀ ਜਿਹੜੀ ਉਹ ਪੂਰੀ ਜ਼ਿੰਦਗੀ ਬਦਲ ਜਾਂਦੀ। ਪਤਾ ਨਹੀਂ ਕਿ ਕਿਹੜੀ ਕਲਾਸ ਜਾਂ ਕਿਹੜਾ ਦਿਨ ਉਹਦਾ ਸਕੂਲ 'ਚ ਇੰਨਾ ਵਧੀਆ ਬੀਤੇ ਜਾਂ ਘਰ ਬੀਤੇ ਜਦੋਂ ਉਹ ਲਰਨ ਕਰ ਰਿਹਾ, ਜਦੋਂ ਪੜ੍ਹ ਰਿਹਾ, ਕਿ ਉਹਦੀ ਪੂਰੀ ਇੱਕ ਲਾਈਫ ਚੇਂਜਿੰਗ ਮੂਮੈਂਟ ਜਿਹੜੀ ਉਹ ਬਣ ਜਾਂਦੀ ਹੈ। ਬਿਕੋਜ਼ ਛੋਟੀ ਏਜ ਜਦੋਂ ਬੱਚੇ ਦੀ ਹੁੰਦੀ ਆ ਉਹ ਬੜੀ ਜਲਦੀ ਮੋਟੀਵੇਟ ਹੋ ਜਾਂਦਾ ਹੈ, ਬੜੀ ਜਲਦੀ ਜਿਹੜਾ ਉਹ ਇਨਫਲੂਐਂਸ ਹੋ ਜਾਂਦਾ। ਸੋ ਸਕੂਲ ਅਸੀਂ ਕਿਉਂ ਜਾਂਦੇ ਹਾਂ ਜਾਂ ਫਿਰ ਅਸੀਂ ਕਿਉਂ ਚਾਹੁੰਦੇ ਕਿ ਸਾਡੇ ਬੱਚੇ ਜਿਹੜੇ ਆ ਉਹ ਲਗਾਤਾਰ ਪੜ੍ਹਾਈ ਨਾਲ ਜੁੜੇ ਰਹਿਣ ਤਾਂ ਕਿ ਉਹ ਲਗਾਤਾਰ ਮੋਟੀਵੇਟਿਡ ਰਹਿਣ, ਪਲੱਸ ਉਹ ਸਹੀ ਰਾਹ 'ਤੇ ਜਿਹੜਾ ਵਾ ਉਹ ਤੁਰਨ। ਸੋ ਕਰੰਟਲੀ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਆ ਉਹ ਨੋਰਮਲ ਰੂਟੀਨ ਜਿਹੜੀ ਆ ਉਹ ਡਿਸਟਰਬ ਹੋ ਗਈ ਆ, ਬਹੁਤ ਸਾਰੇ ਪੇਰੈਂਟਸ ਵੀ ਉਸ ਕਰਕੇ ਪਰੇਸ਼ਾਨ ਨੇ, ਬਟ ਕਿਤੇ ਨਾ ਕਿਤੇ ਸਾਨੂੰ ਇਹ ਆਪਾਂ ਬਿਲੀਵ ਕਰਦੇ ਹਾਂ, ਆਪਾਂ ਇਹ ਵੀ ਬਿਲੀਵ ਕਰਦੇ ਹਾਂ ਕਿ ਰੱਬ ਵੀ ਹੁੰਦਾ ਹੈ, ਅਤੇ ਕਿਤੇ ਨਾ ਕਿਤੇ ਸਾਰਾ ਕੁਛ ਜਿਹੜਾ ਵਾ ਵਿਦ ਟਾਈਮ ਜਿਹੜਾ ਉਹ ਜ਼ਰੂਰ ਨੋਰਮਲਾਈਜ਼ ਜਿਹੜਾ ਹੋਏਗਾ। ਸੋ ਮੰਨਿਆ ਕਿ ਮੈਂ ਖਾਸ ਕਰਕੇ ਪ੍ਰਾਈਵੇਟ ਸਕੂਲ ਦੀ ਅੱਜ ਗੱਲ ਕਰਨਾ ਚਾਹੁੰਦੀ, ਬਿਕੋਜ਼ ਬਹੁਤ ਸਾਰੇ ਪੇਰੈਂਟਸ ਨੇ, ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਸ ਵਿੱਚ ਪੜ੍ਹਦੇ ਨੇ, ਅਤੇ ਕਿਤੇ ਨਾ ਕਿਤੇ ਉਹ ਬੜੀ ਨੈਗੇਟਿਵਿਟੀ ਦਾ ਵੀ ਜਿਹੜਾ ਇਸ ਔਖੇ ਸਮੇਂ ਦੇ ਵਿੱਚ ਜਿਹੜੇ ਆ ਉਹ ਸ਼ਿਕਾਰ ਹੋ ਗਏ ਨੇ।
ਸੋ ਮੰਨਿਆ ਕਿ ਜਿਹੜੇ ਪ੍ਰਾਈਵੇਟ ਸਕੂਲਸ ਨੇ ਜਾਂ ਫਿਰ ਜਿਹੜੇ ਸਕੂਲਸ ਨੇ ਉਹ ਕੋਰ ਬਿਜ਼ਨਸ ਜਿਹੜਾ ਉਹ ਨਹੀਂ ਹੁੰਦੇ, ਪਰ ਕਿਤੇ ਨਾ ਕਿਤੇ ਜਦੋਂ ਕੋਈ ਟਰੱਸਟ ਵਾ ਜਾਂ ਕੋਈ ਨੋਨ ਪ੍ਰੋਫਿਟ ਆ ਜਾਂ ਕੋਈ ਸਕੂਲ ਆ, ਉਹ ਹਮੇਸ਼ਾ ਹੀ ਪ੍ਰੋਫਿਟੇਬਲ ਰਹਿਣ ਲਈ ਜਿਹੜਾ ਉਹ ਖੋਲ੍ਹਿਆ ਜਾਂਦਾ, ਕਿਉਂਕਿ ਉਹਦੇ ਵਿੱਚ ਵੀ ਬਹੁਤ ਸਾਰੇ ਵਰਕਰਸ ਹੁੰਦੇ ਨੇ, ਬਹੁਤ ਸਾਰਾ ਟੀਚਿੰਗ ਨੋਨ ਟੀਚਿੰਗ ਸਟਾਫ ਹੁੰਦਾ, ਬਹੁਤ ਸਾਰੀ ਕੋਸਟ ਹੁੰਦੀ ਹੈ। ਸੋ ਇਸੇ ਕਰਕੇ ਹਮੇਸ਼ਾ ਜਿਹੜਾ ਇੱਕ ਸਕੂਲ ਆ ਉਹਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹ ਪ੍ਰੋਫਿਟੇਬਲ ਰਹੇ, ਅਤੇ ਬਹੁਤ ਸਾਰੇ ਸਕੂਲ ਆ ਜਿਹੜੇ ਕਿ ਬੜਾ ਔਖਾ ਆਪਣਾ ਜਿਹੜਾ ਉਹ ਸਰਵਾਈਵ ਕਰਦੇ ਨੇ, ਖਾਸ ਕਰਕੇ ਇਨੀਸ਼ੀਅਲ ਈਅਰਸ, ਸ਼ੁਰੂਆਤੀ ਜਿਹੜੇ ਸਾਲ ਹੁੰਦੇ ਨੇ। ਸੋ ਜੇ ਦੇਖਿਆ ਜਾਵੇ ਪੂਰੇ ਵਰਲਡ ਲੈਵਲ 'ਤੇ 99.9% ਜਿਹੜੇ ਸਟੂਡੈਂਟਸ ਆ ਉਹ ਇਫੈਕਟ ਹੋਏ ਨੇ, 99% ਸਕੂਲ ਜਿਹੜੇ ਆ ਉਹ ਕਲੋਜ਼ ਹੋਏ ਨੇ ਆਲ ਓਵਰ ਦਾ ਵਰਲਡ, 172 ਕਰੋੜ ਸਕੂ ਬੱਚੇ ਜਿਹੜੇ ਆ ਆਲ ਓਵਰ ਦਾ ਵਰਲਡ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਅਤੇ ਜਿਹੜੇ ਕਿ ਅੱਜ ਇਹ ਕਰੋਨਾ ਵਾਇਰਸ ਕਰਕੇ ਜਿਹੜੇ ਆ ਉਹ ਪ੍ਰਭਾਵਿਤ ਹੋਏ ਨੇ। ਸੋ ਇੰਡੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ, ਹਰ ਸਕੂਲ ਕਾਲਜ ਤੱਕ ਦੀ ਗੱਲ ਕਰੀਏ, ਤਾਂ ਆਲਮੋਸਟ 30 ਕਰੋੜ ਬੱਚੇ ਨੇ ਜਿਹੜੇ ਕਿ ਪੜ੍ਹਦੇ ਨੇ, ਜਿਹੜੇ ਕਿ ਪ੍ਰਭਾਵਿਤ ਹੋਏ ਨੇ। ਬਹੁਤ ਵੱਡਾ ਇੱਕ ਨੰਬਰ ਆ, ਅਤੇ ਸਾਡਾ ਅਸੀਂ ਸਿੱਖਿਆ ਨੂੰ ਬਹੁਤ ਪਿੱਛੇ ਸੁੱਟ ਦਿੱਤਾ। ਫਿਰ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਪੜ੍ਹਾਈ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ। ਜੇ ਸਾਡੇ ਕੋਲ ਹੋਰ ਕਾਬਲ, ਹੋਰ ਪੜ੍ਹੇ ਲਿਖੇ ਸਾਡੇ ਕੋਲ, ਜੇ ਸਾਡੇ ਕੋਲ ਲੋਕ ਹੁੰਦੇ, ਤਾਂ ਸ਼ਾਇਦ ਅਸੀਂ ਹੋਰ ਵੀ ਵਧੀਆ ਅਸੀਂ ਕਰ ਸਕਦੇ, ਹੋਰ ਵਧੀਆ ਤਕਨੀਕਸ ਹੁੰਦੀਆਂ। ਸੋ ਉਸੇ ਤਰ੍ਹਾਂ ਹੀ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੇ ਕੰਟਰੀ ਦੇ ਵਿੱਚ ਬਹੁਤ ਜ਼ਰੂਰਤ ਆ ਕਿ ਬਹੁਤ ਇੰਟੈਲੀਜੈਂਟ ਬੱਚੇ ਜਿਹੜੇ ਹੋਣ, ਜਦੋਂ ਜੋ ਕਿ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਉਹਨਾਂ ਦੇ ਹੱਲ ਕਰਨ, ਜਿਹੜੇ ਕਿ ਕਰ ਵੀ ਰਹੇ ਨੇ। ਸੋ ਆਲਰੇਡੀ ਇੰਡੀਅਨਸ ਜਿਹੜੇ ਮੈਂ ਕਹਿੰਦੀ ਕਿ ਬਹੁਤ ਇੰਟੈਲੀਜੈਂਟ ਨੇ, ਬਟ ਸਟਿਲ ਬੱਚੇ ਦਾ ਇੱਕ ਇੱਕ ਸਾਲ, ਇੱਕ ਇੱਕ ਮੰਥ, ਇੱਕ ਇੱਕ ਦਿਨ ਜਿਹੜਾ ਬਹੁਤ ਇੰਪੋਰਟੈਂਟ ਹੈ, ਅਤੇ ਸਾਰੇ ਪੇਰੈਂਟਸ ਨੂੰ ਵੀ ਇਸ ਦਾ ਜਿਹੜਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਆ। ਸੋ ਆਲਮੋਸਟ 30 ਕਰੋੜ ਬੱਚੇ ਜਿਵੇਂ ਕਿ ਮੈਂ ਦੱਸਿਆ ਕਿ ਇੰਡੀਆ 'ਚ ਇਫੈਕਟ ਹੋਏ ਨੇ ਕਰੰਟਲੀ, ਜੋ ਕਿ ਪੜ੍ਹ ਰਹੇ ਨੇ। ਸੋ ਆਲਮੋਸਟ 14 ਲੱਖ ਜਿਹੜੇ ਆ ਸਕੂਲ ਆ ਪੂਰੇ ਇੰਡੀਆ 'ਚ, ਜਿਹ 'ਚ 4 ਤੋਂ 5 ਲੱਖ ਜਿਹੜੇ ਆ ਉਹ ਪ੍ਰਾਈਵੇਟ ਸਕੂਲਸ ਆ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ 4-5 ਲੱਖ ਸਕੂਲਾਂ ਦੀ ਜਿਹੜੇ ਕਿ ਪ੍ਰਾਈਵੇਟ ਨੇ, ਅਤੇ ਜਿੱਥੇ ਬਹੁਤ ਸਾਰੇ ਬੱਚੇ ਜਿਹੜੇ ਆ ਵੱਡੀ ਤਾਦਾਦ ਦੇ ਵਿੱਚ ਪੜ੍ਹਨ ਜਿਹੜੇ ਉਹ ਜਾਂਦੇ ਨੇ। ਸੋ ਤਕਰੀਬਨ ਜਿਹੜੇ ਕਿ ਜਦੋਂ ਅਸੀਂ ਸਕੂਲਾਂ ਦੀ ਗੱਲ ਕਰੀਏ, ਪ੍ਰਾਈਵੇਟ ਸਕੂਲਸ ਆ, ਅਸੀਂ ਇਸ ਵੀਡੀਓ 'ਚ ਵਾਰੀ ਵਾਰੀ ਪੱਖ ਲਵਾਂਗੇ। ਸਭ ਤੋਂ ਪਹਿਲਾਂ ਮੈਂ ਸਕੂਲਾਂ ਦਾ ਪੱਖ ਜਿਹੜਾ ਉਹ ਬੋਲਣਾ ਚਾਹੁੰਦੀ ਹਾਂ, ਜਿਹੜਾ ਕਿ ਬਹੁਤ ਘੱਟ ਲੋਕ ਸੁਣਨਾ ਚਾਹੁੰਦੇ ਨੇ ਮੇਰੇ ਖਿਆਲ 'ਚ। ਸੋ ਸਕੂਲਾਂ ਦੀ ਜੇ ਅਸੀਂ ਗੱਲ ਕਰੀਏ, ਤਾਂ ਬਹੁਤ ਸਾਰੇ ਸਕੂਲਸ ਨੇ ਜਿਨ੍ਹਾਂ ਦੀ ਜਿਹੜੀਆਂ ਸੈਲਰੀਜ਼ ਆ ਉਹ 80-90% ਜੋ ਵੀ ਉਹਨਾਂ ਦੀ ਇਨਕਮ ਆ ਉਹ ਸੈਲਰੀਜ਼ ਦੇ ਵਿੱਚ ਜਾਂਦੀ ਆ, ਕਿਉਂਕਿ ਸਕੂਲਾਂ ਦਾ ਖੁਦ ਦਾ ਵੀ ਉਹਨਾਂ ਦੀ ਇੱਕ ਲੈਂਡ ਆ, ਜੋ ਸਪੋਜ਼ ਕਿਸੇ ਨੇ ਆਪਣੀ ਖੁਦ ਦੀ ਲੈਂਡ 'ਤੇ ਵੀ ਸਕੂਲ ਬਣਾਇਆ ਅਤੇ ਉਸ ਦੀ ਵੀ ਇੱਕ ਕੋਸਟ ਆ। ਬਟ ਬਹੁਤ ਸਾਰੇ ਸਕੂਲਸ ਨੇ ਜਿਹੜੇ ਕਿ ਲੀਜ਼ 'ਤੇ ਨੇ, ਉਹਨਾਂ ਦੀ ਬਿਲਡਿੰਗਸ ਆ, ਉਹਨਾਂ ਦਾ ਕੰਸਟਰਕਸ਼ਨ ਵਰਕ ਆ, ਉਹਨਾਂ ਦੀ ਐਨੂਅਲ ਮੇਨਟੇਨੈਂਸ ਆ, ਮੰਥਲੀ ਮੇਨਟੇਨੈਂਸ ਆ ਸਕੂਲ ਦੀ। ਬਹੁਤ ਸਾਰੇ ਸਕੂਲਸ ਨੇ, ਨੋਰਮਲ ਵੀ ਅਸੀਂ ਕੋਈ ਸਕੂਲ ਲਾਈਏ ਨਾ, ਇੱਕ ਅੱਛਾ ਸਕੂਲ ਵੀ ਲਾਈਏ, ਸਪੋਜ਼ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਵੀ, ਅਤੇ ਉਹਦੇ 'ਤੇ ਵੀ 10-12 ਕਰੋੜ ਦਾ ਜਿਹੜਾ ਉਹ ਲੋਨ ਆ ਕਰੰਟਲੀ। ਸੋ ਕਈ ਸਕੂਲ ਨੇ ਜਿਹੜੇ ਫਰੈਂਚਾਈਜ਼ੀ ਮਾਡਲ 'ਤੇ ਕੰਮ ਕਰਦੇ ਨੇ, ਉਹਨਾਂ ਦੀ ਇੱਕ ਪਰਟੀਕੁਲਰ ਫਰੈਂਚਾਈਜ਼ੀ ਫੀਸ ਆ, ਟਰਾਂਸਪੋਰਟੇਸ਼ਨ ਵਹੀਕਲਸ ਆ ਸਕੂਲਾਂ ਦੇ, ਫਰਨੀਚਰ ਆ, ਦੈਨ ਕੰਪਿਊਟਰ ਲੈਬਸ ਨੇ। ਸੋ ਅਸੀਂ ਕਈ ਵਾਰੀ ਕੀ ਕਰਦੇ ਹਾਂ ਕਿ ਜੋ ਨੋਰਮਲੀ ਪੇਰੈਂਟਸ ਆ, ਮੈਨੂੰ ਵੀ ਜੇ ਤੁਸੀਂ ਲਾਓ ਤਾਂ ਸਾਨੂੰ ਲੱਗਦਾ ਕਿ ਅਸੀਂ ਇੱਕ ਸਟੂਡੈਂਟ ਦੀ ਟੌਪ ਮੈਨੇਜਮੈਂਟ ਨੂੰ ਦੇਖ ਕੇ ਅਸੀਂ ਜੱਜ ਕਰ ਲੈਂਦੇ ਹਾਂ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ, ਹਾਲਾਂਕਿ ਉਹ ਆਪਣਾ ਲਾਈਫ ਸਟਾਈਲ ਜਾਂ ਆਪਣੇ ਆਪ ਨੂੰ ਜਿਹੜਾ ਵਾ ਉਹ ਸਕੂਲ ਦੇ ਹਿਊਜ ਲੋਨਸ ਦੇ ਨਾਲ ਨਾਲ ਹੀ ਮੇਨਟੇਨ ਕਰਦੇ ਨੇ। ਸੋ ਮੈਂ ਇਹ ਨਹੀਂ ਕਹਿ ਰਹੀ ਕਿ ਅਸੀਂ ਸਾਰਿਆਂ ਦਾ, ਕਿਉਂਕਿ ਇਸ ਟਾਈਮ ਸਾਰੇ ਹੀ ਪ੍ਰੋਬਲਮ 'ਚ ਆ, ਸਕੂਲਸ ਵੀ ਪ੍ਰੋਬਲਮ 'ਚ ਆ, ਪੇਰੈਂਟਸ ਵੀ ਪ੍ਰੋਬਲਮ 'ਚ ਆ।
ਸੋ ਜੇ ਸਕੂਲਸ ਨੂੰ ਕੋਈ ਵੀ ਦਿੱਕਤ ਆਉਂਦੀ, ਸਪੋਜ਼ ਲੋਕਡਾਊਨ, ਸਪੋਜ਼ ਅਪ ਟੂ ਜੂਨ ਜੁਲਾਈ ਇਹ ਲੋਕਡਾਊਨ ਚੱਲ ਜਾਂਦਾ ਹੈ ਅਤੇ ਸਕੂਲਸ ਜਿਹੜੇ ਆ ਉਹ ਜਿਹੜੇ ਆ ਆਊਟ ਆਫ ਬਿਜ਼ਨਸ ਵੀ ਨਹੀਂ ਹੋ ਸਕਦੇ, ਉਹ ਇੰਨੇ ਫਸੇ ਹਨ ਕਿ ਆਊਟ ਆਫ ਬਿਜ਼ਨਸ ਵੀ ਨਹੀਂ ਹੋ ਸਕਦੇ, ਬਿਕੋਜ਼ ਬੱਚਿਆਂ ਦਾ ਪੂਰਾ ਪੂਰਾ ਸਾਲ ਜਿਹੜਾ ਉਹਨਾਂ 'ਤੇ ਡਿਪੈਂਡ ਆ, ਬਹੁਤ ਸਾਰੇ ਬੱਚੇ ਜਿਹੜੇ ਆ ਉਹਨਾਂ 'ਤੇ ਡਿਪੈਂਡ ਆ। ਜੇ ਆਪਾਂ ਰੂਰਲ ਏਰੀਆਜ਼ ਦੀ ਗੱਲ ਕਰੀਏ, ਕਸਬਿਆਂ ਦੀ ਗੱਲ ਕਰੀਏ ਅਤੇ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਮੈਨੇਜਮੈਂਟਸ ਹੁੰਦੀਆਂ ਨੇ ਜਿਹੜੀਆਂ ਕਿ ਰੂਰਲ ਲੋਕੇਸ਼ਨ ਦੇ ਵਿੱਚ ਇੱਕ ਅੱਛਾ ਸਕੂਲ ਖੋਲ੍ਹਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੀਆਂ ਨੇ। ਸੋ ਤੁਸੀਂ ਅਕਸਰ ਹੀ ਦੇਖਿਆ ਹੋਊਗਾ ਕਿ ਬਹੁਤ ਸਾਰੇ ਕਸਬਿਆਂ ਦੇ ਵਿੱਚ ਵੀ ਅੱਛੇ ਸਕੂਲਸ ਜਿਹੜੇ ਆ ਉਹ ਹੈਗੇ ਨੇ। ਸੋ ਜਿਹੜੇ ਅੱਛੇ ਸਕੂਲਸ ਨੇ ਪਰ ਉਹ ਰੂਰਲ ਲੋਕੇਸ਼ਨ ਦੇ ਵਿੱਚ ਨੇ, ਉਹਨਾਂ ਦੇ ਪ੍ਰੋਫਿਟ ਮਾਰਜਿਨਸ ਵੀ ਬਹੁਤ ਘੱਟ ਹੁੰਦੇ ਨੇ ਅਤੇ ਉਹਨਾਂ ਦੇ ਜਿਹੜੇ ਪੇਰੈਂਟਸ ਜਾਂ ਜਿਹੜੇ ਬੱਚੇ ਉਹ ਸਕੂਲਾਂ 'ਚ ਆਉਂਦੇ ਨੇ ਉਹਨਾਂ ਦੀ ਜਿਹੜੀ ਪੇਇੰਗ ਕਪੈਸਿਟੀ ਵੀ ਸ਼ਹਿਰਾਂ ਨਾਲੋਂ ਜਿਹੜੀ ਆ ਘੱਟ ਹੁੰਦੀ ਆ। ਸੋ ਕਹਿਣ ਦਾ ਮਤਲਬ ਕਿ ਬਹੁਤ ਸਾਰੇ ਸਕੂਲਸ ਨੇ ਜਿਹੜੇ ਕਿ ਰੂਰਲ ਲੋਕੇਸ਼ਨ 'ਚ ਨੇ ਅਤੇ ਬੜੇ ਘੱਟ ਮਾਰਜਿਨਸ 'ਤੇ ਜਿਹੜੇ ਕੰਮ ਕਰਦੇ ਨੇ, ਐਂਡ ਇਟ ਵਿਲ ਟੇਕ ਲੋਟ ਆਫ ਈਅਰਸ ਫੋਰ ਦੈਮ ਕਿ ਉਹ ਪ੍ਰੋਫਿਟ ਦੇ ਵਿੱਚ ਆਉਣ। ਨੋਰਮਲੀ ਇਸ ਗੱਲ ਨਾਲ ਤਾਂ ਬਹੁਤ ਜਾਣੇ ਐਗਰੀ ਵੀ ਹੋਣਗੇ ਜਿਹੜੇ ਇਸ ਬਿਜ਼ਨਸ ਨੂੰ ਜਾਣਦੇ ਨੇ ਜਾਂ ਇਸ ਫੀਲਡ ਨੂੰ ਜਾਣਦੇ ਨੇ, ਹਾਲਾਂਕਿ ਸਕੂਲ ਨੋਰਮਲੀ ਦੇ ਆਰ ਟਰੱਸਟ, ਦੇ ਆਰ ਨੋਟ ਕੋਰ ਬਿਜ਼ਨਸਿਸ। ਕਿ ਜਿਹੜੇ ਸਕੂਲਾਂ ਦੇ ਬੱਚੇ ਜਿਹੜੇ ਆ ਉਹ 500 to 600 ਹੁੰਦੇ ਜਾਂ ਬਿਲੋ 1000 ਮੈਂ ਕਹਾਂਗੀ, ਅਤੇ ਉਹਨਾਂ ਵਾਸਤੇ ਜਿਹੜਾ ਵਾ ਉਹ ਮੰਥ ਔਨ ਮੰਥ ਸਰਵਾਈਵ ਕਰਨਾ ਜਿਹੜਾ ਬਹੁਤ ਟਫ ਆ। ਸੋ ਕਰੰਟ ਸਿਨੈਰੀਓ ਦੇ ਵਿੱਚ ਜੇ ਮੈਂ ਗੱਲ ਕਰਾਂ, ਜਿਹੜੇ ਸਕੂਲਾਂ ਦੇ ਸਟਰੈਂਥ ਜਿਹੜੀ ਆ 1000 ਤੋਂ ਥੱਲੇ ਆ, ਈਵਨ 500, 600, 700 ਤੱਕ ਵੀ ਆ, ਉਹਨਾਂ ਲਈ ਵੀ ਮਾਰਚ ਅਤੇ ਅਪ੍ਰੈਲ ਨੂੰ ਜਿਹੜਾ ਆਪਣੇ ਸਟਾਫ ਨੂੰ ਪੇ ਕਰਨਾ ਇੱਕ ਬੜਾ ਵੱਡਾ ਇੱਕ ਚੈਲੰਜ ਜਿਹੜਾ ਉਹ ਸਕੂਲਾਂ ਵਾਸਤੇ ਬਣ ਗਿਆ ਹੈ। ਅਤੇ ਬਹੁਤ ਸਾਰੇ ਸਕੂਲ ਆ ਜਿਹੜੇ ਕਿ ਮਾਰਚ ਦੀਆਂ ਸੈਲਰੀਜ਼ ਵੀ ਕੰਪਲੀਟ ਨਹੀਂ ਕਰ ਸਕੇ। ਬਹੁਤ ਸਾਰੇ ਟੀਚਰਸ ਆ ਜਿਨ੍ਹਾਂ ਦੇ ਮੈਨੂੰ ਮੈਸੇਜ ਆਏ ਨੇ, ਬਟ ਇਟਸ ਲਾਈਕ ਕਿ ਸਾਰਿਆਂ ਦਾ ਹੀ ਆਪਣਾ ਆਪਣਾ ਇੱਕ ਪੱਖ ਆ। ਸੋ ਸਕੂਲਾਂ ਨੇ ਜਦੋਂ ਆਪਾਂ ਮਾਰਚ ਦੀ ਗੱਲ ਕੀਤੀ, ਜਦੋਂ ਲੋਕਡਾਊਨ ਹੋ ਗਿਆ ਅਤੇ ਸਕੂਲਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਬੱਚਿਆਂ ਦੀ ਜਿਹੜੀ ਉਹ ਸਟੱਡੀ ਨਾ ਖਰਾਬ ਹੋਵੇ, ਬਹੁਤ ਸਾਰੇ ਸਕੂਲਾਂ ਨੇ ਇਹ ਕੋਸ਼ਿਸ਼ ਕੀਤੀ ਕਿ ਪੇਰੈਂਟਸ ਦੇ ਕਹਿਣ 'ਤੇ, ਕਿਉਂਕਿ ਪੇਰੈਂਟਸ ਨੇ ਦੇਖਿਆ ਕਿ ਕਈ ਕਈ ਸਕੂਲ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਨੇ ਔਨਲਾਈਨ ਪੜ੍ਹਾਉਣ ਦੀ ਥਰੂ ਡਿਫਰੈਂਟ ਚੈਨਲਸ, ਅਤੇ ਉਹਨਾਂ ਨੇ ਆਪਣੇ ਆਪਣੇ ਸਕੂਲਾਂ ਨੂੰ ਜਦੋਂ ਕਿਹਾ ਜਾਂ ਉਹਨਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੇ ਬੱਚੇ ਇੰਗੇਜਡ ਨਹੀਂ ਆ, ਉਹ ਬਿਜ਼ੀ ਨਹੀਂ ਆ ਜਾਂ ਉਹਨਾਂ ਦੀ ਰੂਟੀਨ ਜਿਹੜੀ ਆ ਡਿਸਟਰਬ ਹੋ ਗਈ, ਅਤੇ ਉਹਨਾਂ ਨੇ ਇਹ ਸੋਚਿਆ ਕਿ ਉਹਨਾਂ ਨੂੰ ਸਕੂਲੋਂ ਹੀ ਕੋਈ ਕੰਮ ਮਿਲ ਜੇ ਅਤੇ ਉਹ ਬੱਚੇ ਜਿਹੜੇ ਆ ਉਹ ਜਿਹੜੇ ਬਿਜ਼ੀ ਹੋ ਜਾਣ। ਬਟ ਅਤੇ ਇਸ ਸਟੈਪ ਨੂੰ ਇਸ ਵੱਲ ਬਹੁਤ ਸਕੂਲਾਂ ਨੇ ਆਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਔਨਲਾਈਨ ਅਸੀਂ ਬੱਚਿਆਂ ਨੂੰ ਜਿਹੜਾ ਪੜ੍ਹਾਉਣ ਦੀ ਕੋਸ਼ਿਸ਼ ਕਰੀਏ, ਅਤੇ ਸਕੂਲ ਵੀ ਇਸ ਟਾਈਮ ਮੈਂ ਕਹਾਂਗੀ ਕਿ ਕੋਸ਼ਿਸ਼ ਹੀ ਕਰ ਸਕਦੇ ਨੇ, ਕਿਉਂਕਿ ਦਿਸ ਇਜ਼ ਫੋਰ ਦਾ ਫਸਟ ਟਾਈਮ ਫੋਰ ਦਾ ਸਕੂਲ। ਸਕੂਲਾਂ ਲਈ ਵੀ ਇਹ ਪਹਿਲੀ ਵਾਰ ਇੱਦਾਂ ਕਿ ਉਹਨਾਂ ਨੂੰ ਔਨਲਾਈਨ ਪੜ੍ਹਾਉਣਾ ਪੈ ਰਿਹਾ, ਕੋਈ ਬੇਸਿਕ ਇਨਫਰਾਸਟ੍ਰਕਚਰ ਵੀ ਰੈਡੀ ਨਹੀਂ ਆ, ਕੋਈ ਪ੍ਰੋਸੈਸ ਰੈਡੀ ਨਹੀਂ ਆ, ਉਹਨਾਂ ਨੇ ਕਦੀ ਸੋਚਿਆ ਨਹੀਂ ਕਿ ਇੱਦਾਂ ਪੜ੍ਹਾਉਣਾ ਪਏਗਾ। ਅਤੇ ਮੈਂ ਫਿਰ ਵੀ ਕਹਾਂਗੀ ਕਿ ਸਕੂਲਸ ਜਿਹੜੇ ਆ ਉਹਨਾਂ ਦਾ ਦੇ ਆਰ ਯੂ ਨੋ ਦੇ ਹੈਵ ਡਨ ਅ ਗੁੱਡ ਜੋਬ ਕਿ ਉਹਨਾਂ ਨੇ ਐਟਲੀਸਟ ਜਿਹੜਾ ਵਾ ਟਰਾਈ ਇਸ ਚੀਜ਼ ਨੂੰ ਕੀਤਾ। ਬਟ ਬਹੁਤ ਜ਼ਿਆਦਾ ਪੇਰੈਂਟਸ ਨੇ ਜਿਹੜਾ ਕਿ ਇਹਨੂੰ ਨੈਗੇਟਿਵਲੀ ਲਿਆ। ਆਮ ਹੀ ਤੁਸੀਂ ਸੋਸ਼ਲ ਮੀਡੀਆ 'ਤੇ ਪੜ੍ਹਿਆ ਕਿ ਮੈਂ ਵੀ ਬਹੁਤ ਸਾਰੇ ਕਮੈਂਟ ਪੜ੍ਹੇ, ਮੈਨੂੰ ਲੱਗਦਾ ਕਿ ਮੈਂ ਐਟਲੀਸਟ 20-25 ਇਹੋ ਜਿਹੇ ਕਮੈਂਟਸ ਪੜ੍ਹੇ ਹੋਣੇ ਆ ਕਿ ਬਹੁਤ ਸਾਰੇ ਪੇਰੈਂਟਸ ਨੇ ਨੈਗੇਟਿਵਲੀ ਕਮੈਂਟ ਕੀਤਾ ਕਿ ਸਕੂਲ ਜਿਹੜਾ ਉਹ ਫੀਸ ਲੈਣ ਦੇ ਮਾਰੇ ਜਿਹੜਾ ਵਾ ਉਹ ਅਸਾਈਨਮੈਂਟਸ ਭੇਜ ਰਿਹਾ, ਸਾਡੇ ਬੱਚੇ ਨੂੰ ਕੰਮ ਦੇ ਰਿਹਾ, ਅਤੇ ਬੜਾ ਨੈਗੇਟਿਵਲੀ ਅਸੀਂ ਇਸ ਚੀਜ਼ ਨੂੰ ਲਿਆ। ਬਟ ਕਿਤੇ ਨਾ ਕਿਤੇ ਜੇ ਮੈਂ ਐਜ਼ ਏ ਸਟੂਡੈਂਟ, ਮੈਂ ਖੁਦ ਯੂਨੀਵਰਸਿਟੀ ਟੋਪਰ ਰਹੀ ਹਾਂ, ਸੋ ਜਦ ਮੈਂ ਆਪਣਾ ਖੁਦ ਦਾ ਜੇ ਅਕੈਡਮਿਕਲੀ ਮੈਂ ਦੇਖਾਂ ਤਾਂ ਬੱਚੇ ਦਾ ਇੱਕ ਇੱਕ ਦਿਨ, ਇੱਕ ਇੱਕ ਘੰਟਾ
ਯੂ ਨੋ ਐਵਰੀਥਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ ਅਤੇ ਜੇ ਸਕੂਲ ਨੇ ਇਹ ਇਨੀਸ਼ੀਏਟਿਵ ਲਿਆ ਹੈ ਤਾਂ ਵੀ ਸ਼ੁੱਡ ਐਪਰੀਸ਼ੀਏਟ ਸੱਚ ਸਕੂਲਸ। ਕੋਈ ਵੀ ਚੀਜ਼ ਜਿਹੜੀ ਆ ਉਹ ਸੌਖੀ ਨਹੀਂ ਆ। ਸੋ ਸਕੂਲਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਚਲੋ ਔਨਲਾਈਨ ਅਸੀਂ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਬੱਚਿਆਂ ਨੂੰ ਕੋਈ ਅਸਾਈਨਮੈਂਟ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਪੇਰੈਂਟਸ ਨੇ ਉਹਨਾਂ ਨੂੰ ਬਹੁਤ ਹੀ ਨੈਗੇਟਿਵਲੀ ਲਿਆ ਕਿ ਸ਼ਾਇਦ ਉਹ ਫੀਸ, ਇਕੱਲੀ ਫੀਸ ਲੈਣ ਦੇ ਮਾਰੇ ਇੱਦਾਂ ਕਹਿ ਰਹੇ ਨੇ। ਸੋ ਸਾਨੂੰ ਐਜ਼ ਅ ਪੇਰੈਂਟਸ, ਐਜ਼ ਅ ਯੂ ਨੋ ਗੁੱਡ ਫੈਮਲੀਜ਼ ਇਨ ਫੇਵਰ ਆਫ ਆਰ ਚਿਲਡਰਨ, ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ, ਇੱਦਾਂ ਦੀ ਸੋਚ ਸਾਨੂੰ ਨਹੀਂ ਰੱਖਣੀ ਚਾਹੀਦੀ। ਈਵਨ ਸਾਡਾ ਬੱਚਾ ਜੇ ਪੂਰੇ ਦਿਨ 'ਚ 1 ਘੰਟਾ ਵੀ ਪੜ੍ਹ ਲੈਂਦਾ ਤਾਂ ਆਈ ਥਿੰਕ ਇੱਕ ਸਿਸਟਮੈਟਿਕ ਵੇ ਦੇ ਨਾਲ ਜੋ ਉਹਦੇ ਟੀਚਰ ਨੇ ਉਹਨੂੰ ਦਿੱਤਾ ਤਾਂ ਆਈ ਥਿੰਕ ਦੈਟ ਇਜ਼ ਗੁੱਡ ਕਿਸੇ ਤਰੀਕੇ ਨਾਲ, ਅਤੇ ਉਹ ਕੋਈ ਤਾਂ ਉਹਦੀ ਰੂਟੀਨ ਬਣ ਰਹੀ ਹੈ। ਜ਼ਰੂਰੀ ਥੋੜ੍ਹੀ ਕਿ ਸਾਰਾ ਦਿਨ ਕਰੋਨਾ ਵਾਇਰਸ ਹੀ ਡਿਸਕਸ ਕਰੀ ਜਾਣਾ। ਸੋ ਸਾਨੂੰ ਇਹ ਵੀ ਕਿਤੇ ਨਾ ਕਿਤੇ ਮੰਨਣਾ ਚਾਹੀਦਾ ਪੇਰੈਂਟਸ ਨੂੰ ਕਿ ਕਿਤੇ ਨਾ ਕਿਤੇ ਬਹੁਤ ਵੱਡਾ ਇਹ ਨੈਗੇਟਿਵ ਬੱਚੇ ਦੇ ਮਾਇੰਡ 'ਤੇ ਸਦਾ ਲਈ ਜਿਹੜਾ ਉਹ ਇੰਪੈਕਟ ਪੈ ਜਾਏਗਾ ਇਸ ਚੀਜ਼ 'ਤੇ। ਐਂਡ ਦੇਰ ਇਜ਼ ਨੀਡ ਕਿ ਉਹ ਦਿਸ ਇਜ਼ ਗੁੱਡ ਕਿ ਬੱਚਿਆਂ ਸਕੂਲਸ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਇੰਗੇਜ ਕਰਨ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਕੀਤੀ ਆ। ਮੈਂ ਉਹਨਾਂ ਸਾਰੇ ਟੀਚਰਸ ਨੂੰ ਐਪਰੀਸ਼ੀਏਟ ਕਰਦੀ ਹਾਂ ਜਿਨ੍ਹਾਂ ਨੇ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕੀਤੀ ਆ ਆਪਣੇ ਘਰ 'ਚ ਬੈਠ ਕੇ ਬੱਚਿਆਂ ਨੂੰ ਪੜ੍ਹਾਉਣ ਦੀ। ਬਿਕੋਜ਼ ਇਸ ਚੀਜ਼ ਨੂੰ ਕਰਨ ਲਈ, ਵੀਡੀਓਜ਼ ਬਣਾਉਣ ਲਈ, ਉਹਦੀ ਤਿਆਰੀ ਕਰਨ ਲਈ ਯੂ ਨੋ ਇੱਕ ਐਕਸਟਰਾ ਟਾਈਮ ਚਾਹੀਦਾ, ਐਕਸਟਰਾ ਐਫਰਟ ਚਾਹੀਦਾ। ਪਰ ਜਿਹੜਾ ਵੀਡੀਓ ਸੁਣ ਰਿਹਾ ਹੁੰਦਾ ਜਾਂ ਘਰ ਦੇ ਸੁਣ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇੱਕ ਐਕਸਟਰਾ ਟਾਈਮ ਲੱਗਦਾ, ਇੱਕ ਐਕਸਟਰਾ ਐਫਰਟ ਲੱਗਦਾ। ਸੋ ਬਹੁਤ ਸਾਰੇ ਟੀਚਰਸ, ਮੈਂ ਕਹਿੰਦੀ ਇੱਕ ਵੱਡੀ ਤਾਦਾਦ ਦੇ ਵਿੱਚ, ਈਵਨ ਗੌਰਮੈਂਟ ਸਕੂਲ ਦੇ ਟੀਚਰਸ ਦੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਟੀਚਰਸ ਨੇ ਔਨਲਾਈਨ ਆਪਣੇ ਬੱਚਿਆਂ ਨੂੰ ਇੰਗੇਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਂਡ ਆਈ ਰੀਅਲੀ ਐਪਰੀਸ਼ੀਏਟ ਦੈਮ ਕਿ ਬਹੁਤ ਹੀ ਇਹ ਇੱਕ ਪੋਜ਼ਿਟਿਵ ਸਟੈਪ ਆ, ਜਦੋਂ ਕਿ ਉਹਨਾਂ ਕੋਲ ਕੋਈ ਚੀਜ਼ ਨਹੀਂ, ਉਹਨਾਂ ਕੋਲ ਲੈਪਟਾਪ ਨਹੀਂ ਸੀ। ਬਹੁਤ ਸਾਰੇ ਟੀਚਰਸ ਆ ਜਿਨ੍ਹਾਂ ਕੋਲ ਲੈਪਟਾਪ ਨਹੀਂ ਆ, ਉਹਨਾਂ ਨੇ ਮੋਬਾਈਲ ਨੂੰ ਹੀ ਯੂਜ਼ ਕੀਤਾ, ਇੰਟਰਨੈਟ ਉਦਾਂ ਦੀ ਫੈਸਿਲਿਟੀ ਨਹੀਂ ਆ। ਯੂ ਨੋ ਈ ਲਰਨਿੰਗ ਲਈ ਵੀ ਇੱਕ ਬਹੁਤ ਅੱਛਾ ਇੱਕ ਪ੍ਰੋਸੈਸ ਚਾਹੀਦਾ ਹੈ, ਐਵਰੀਥਿੰਗ ਹੈਜ਼ ਟੂ ਬੀ ਅਵੇਲੇਬਲ। ਬਟ ਫਿਰ ਵੀ ਉਹਨਾਂ ਕੋਲ ਜਿਹੜੀਆਂ ਵੀ ਚੀਜ਼ਾਂ ਸੀ, ਫਿਰ ਵੀ ਉਹਨਾਂ ਨੇ ਜਿਹੜਾ ਉਹ ਟਰਾਈ ਕੀਤਾ। ਆਈ ਥਿੰਕ ਦੇ ਹੈਵ ਡਨ ਅ ਵੰਡਰਫੁਲ ਜੋਬ। ਟੀਚਰਸ ਕੋਲ ਈ ਮਟੀਰੀਅਲ ਜਿਹੜਾ ਈਜ਼ੀਲੀ ਅਵੇਲੇਬਲ ਨਹੀਂ ਸੀ, ਅਕੋਰਡਿੰਗ ਟੂ ਦ ਸਿਲੇਬਸ ਉਹਨਾਂ ਕੋਲ ਅਵੇਲੇਬਲ ਨਹੀਂ ਆ। ਉਹਨਾਂ ਨੂੰ ਪਹਿਲਾਂ ਪੂਰਾ ਚੈਪਟਰ ਜਿਹੜਾ ਬਣਾਉਣਾ ਪਿਆ ਜਾਂ ਅਸਾਈਨਮੈਂਟ ਸੋਚਣੀ ਪਈ, ਐਂਡ ਦੈਨ ਦੇ ਹੈਵ ਡਨ ਦਿਸ। ਸੋ ਨੋਬਡੀ ਇਜ਼ ਯੂਜ਼ ਟੂ ਇਟ। ਇਸ ਚੀਜ਼ ਲਈ ਕੋਈ ਵੀ ਯੂਜ਼ ਟੂ ਨਹੀਂ ਸੀ, ਨਾ ਟੀਚਰਸ, ਨਾ ਸਕੂਲ, ਨਾ ਸਟੂਡੈਂਟਸ। ਸੋ ਇਹ ਇੱਕ ਟਰਾਇਲ ਸੀ, ਅਤੇ ਆਈ ਥਿੰਕ ਸਾਨੂੰ ਐਜ਼ ਅ ਪੇਰੈਂਟ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਐਟਲੀਸਟ ਟੀਚਰਸ ਨੇ ਜਾਂ ਸਕੂਲਸ ਨੇ ਇਸ ਲੋਕਡਾਊਨ 'ਤੇ ਟਰਾਇਲ ਕਰਨ ਦੀ ਕੋਸ਼ਿਸ਼ ਕੀਤੀ ਆ, ਭਾਵੇਂ ਉਹ ਸਰਕਾਰੀ ਸਕੂਲ ਦੇ ਟੀਚਰਸ ਨੇ, ਭਾਵੇਂ ਉਹ ਪ੍ਰਾਈਵੇਟ ਸਕੂਲ ਦੇ ਟੀਚਰਸ ਨੇ, ਕਿ ਜਦੋਂ ਕੁਛ ਵੀ ਉਹਨਾਂ ਕੋਲ ਨਹੀਂ ਅਵੇਲੇਬਲ ਅਤੇ ਮਿਨੀਮਮ ਅਵੇਲੇਬਲ ਰਿਸੋਰਸਿਸ ਦੇ ਨਾਲ ਜਿਹੜੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਸੋ ਮੇਰੇ ਕਮੈਂਟ ਦੇ ਵਿੱਚ ਹੀ ਇੱਕ ਟੀਚਰ ਲਿਖ ਰਹੇ ਨੇ, ਵਿਮਲ ਕੁਮਾਰ ਜੀ, ਦੈਟ ਦੇ ਆਰ ਵਰਕਿੰਗ 8:30 to 6 PM ਫੋਰ ਸਟੂਡੈਂਟਸ ਰਿਕਾਰਡਿੰਗ ਵੀਡੀਓਜ਼ ਫੋਰ ਦੈਮ। ਸੋ ਬਿਲਕੁਲ ਅਦਰਵਾਈਜ਼ ਟੀਚਰ ਜਿਹੜਾ ਸੀ ਉਹ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਕੰਮ ਕਰ ਰਿਹਾ ਸੀ, ਬਟ ਹੁਣ ਜਿਹੜਾ ਟੀਚਰ ਆ ਉਹ ਉਸ ਤੋਂ ਵੀ ਉਹਨੂੰ ਡਬਲ ਟ੍ਰਿਪਲ ਕੰਮ ਕਰਨਾ ਪੈ ਰਿਹਾ। ਬਿਕੋਜ਼ ਅੱਗੇ ਉਹ ਇੱਕ ਕਲਾਸ ਦੇ ਵਿੱਚ ਜਾ ਕੇ 60 ਬੱਚਿਆਂ ਨੂੰ ਸੰਭਾਲ ਲੈਂਦਾ ਸੀ, 40 ਬੱਚਿਆਂ ਨੂੰ ਸੰਭਾਲ ਲੈਂਦਾ ਸੀ, ਬਟ ਹੁਣ ਉਹਨੂੰ ਇੱਕ ਲੋਕੇਸ਼ਨ 'ਤੇ ਰਹਿ ਕੇ ਐਟਲੀਸਟ 400-500 ਬੱਚਿਆਂ ਨਾਲ ਜਿਹੜਾ ਉਹਨੂੰ ਇੰਟਰੈਕਟ ਕਰਨਾ ਪੈ ਰਿਹਾ, ਅਤੇ ਉਹ ਵੀ ਬਹੁਤ ਟਫ ਆ। ਬਿਕੋਜ਼ ਹਰ ਟੀਚਰ ਕੋਲ ਰਿਸੋਰਸ ਨਹੀਂ ਆ, ਅਤੇ ਹਰ ਟੀਚਰ ਜਿਹੜਾ ਉਹ ਟੈਕ ਸੇਵੀ ਨਹੀਂ ਆ, ਉਹਨੂੰ ਟੈਕਨੋਲੋਜੀ ਦੀ ਜਿਹੜੀ ਆ ਪੂਰੀ ਨੌਲੇਜ ਨਹੀਂ ਆ। ਸੋ ਦੂਰੋਂ ਕਹਿਣਾ ਤਾਂ ਬਹੁਤ ਸੌਖਾ। ਬਹੁਤ ਸਾਰੇ ਸਾਡੇ ਜਿਹੜੇ ਨੋਨ ਲੋਕ ਨੇ ਉਹ ਵੀ ਕਹਿ ਰਹੇ ਨੇ ਕਿ ਜ਼ੂਮ 'ਤੇ ਅਸੀਂ ਕਰ ਰਹੇ ਹਾਂ ਜਾਂ ਕੋਸ਼ਿਸ਼ ਕਰ ਰਹੇ ਹਾਂ, ਜਾਂ ਅਸੀਂ ਗੂਗਲ ਕਲਾਸਰੂਮ ਯੂਜ਼ ਕਰ ਰਹੇ ਹਾਂ, ਬਹੁਤ ਕੁਛ ਯੂਜ਼ ਕਰ ਰਹੇ, ਬਟ ਸਟਿਲ ਦਿਸ ਇਜ਼ ਯੂ ਨੋ ਸਮਥਿੰਗ ਕਿ ਜੋ ਪ੍ਰੈਕਟੀਕਲੀ ਪ੍ਰੋਪਰਲੀ ਜਿਹੜਾ ਵਾ ਉਹਨੂੰ ਲੀ 'ਤੇ ਲਿਆਉਣਾ, ਮੈਂ ਕਹਾਂਗੀ ਇਟ ਇਜ਼ ਵੈਰੀ ਟਫ। ਐਂਡ ਕਰੰਟਲੀ ਇੰਨਾ ਜੂਝ ਹੀ ਰਹੇ ਨੇ, ਟੀਚਰਸ ਵੀ ਜੂਝ ਰਹੇ ਨੇ, ਸਟੂਡੈਂਟਸ ਵੀ ਜੂਝ ਰਹੇ ਨੇ,
ਬਿਕੋਜ਼ ਪਹਿਲਾਂ ਕੋਈ ਸੈੱਟ ਸਿਸਟਮ ਨਹੀਂ ਸੀ ਇਹਦਾ, ਸੋ ਹੌਲੀ ਹੌਲੀ ਆਈ ਥਿੰਕ ਥਿੰਗਸ ਵਿਲ ਇੰਪਰੂਵ। ਅਤੇ ਸਾਰੇ ਪੇਰੈਂਟਸ ਨੂੰ ਇਹ ਵੀ ਗੱਲ ਪਤਾ ਹੋਣੀ ਚਾਹੀਦੀ ਕਿ ਆਨਲਾਈਨ ਆਉਣ ਦੀ ਵੀ ਇੱਕ ਕੋਸਟ ਆ, ਰਾਈਟ? ਦੇ ਹੈਵ ਟੂ ਬਾਏ ਦਾ ਸੋਫਟਵੇਅਰਸ ਜਿਹਦੇ ਥਰੂ ਉਹਨਾਂ ਨੇ ਆਨਲਾਈਨ ਆਉਣਾ ਹੈ। ਉਹਨਾਂ ਨੂੰ ਆਪਣੇ ਟੀਚਰਸ ਨੂੰ ਮੋਬਾਈਲਸ ਜਾਂ ਲੈਪਟੋਪਸ ਪ੍ਰੋਵਾਈਡ ਕਰਨੇ ਪੈਂਦੇ ਨੇ ਸਕੂਲਸ ਨੂੰ, ਜਾਂ ਫਿਰ ਦੇ ਨੀਡ ਐਨ ਇੰਟਰਨੈਟ ਫੈਸਿਲਿਟੀ। ਠੀਕ ਹੈ, ਬਹੁਤ ਸਾਰੇ ਟੀਚਰਸ ਜਿਹੜੇ ਆ ਖੁਦ ਦਾ ਆਪਣਾ ਖਰਚਾ ਕਰਕੇ ਵੀ, ਹਾਲਾਂਕਿ ਉਹ ਪ੍ਰਾਈਵੇਟ ਸਕੂਲ ਦੇ ਟੀਚਰਸ ਨੇ, ਬਹੁਤ ਘੱਟ ਤਨਖਾਹ ਲੈਂਦੇ ਨੇ, ਫਿਰ ਵੀ ਉਹ ਜਿਹੜਾ ਉਹ ਸਰਵਾਈਵ ਕਰ ਰਹੇ ਨੇ। ਇਟਸ ਰੀਅਲੀ ਰੀਅਲੀ ਐਪਰੀਸ਼ੀਏਬਲ ਕਿ ਇਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੇ ਇਨੀਸ਼ੀਏਟਿਵ ਲਿਆ ਕਿ ਉਹ ਕਿਸੇ ਤਰੀਕੇ ਨਾਲ ਬੱਚਿਆਂ ਨਾਲ ਜੁੜਨ ਅਤੇ ਉਹਨਾਂ ਨੂੰ ਕੁਛ ਨਾ ਕੁਛ ਇਹਨੂੰ ਕਰਵਾਉਣ ਦੀ ਕੋਸ਼ਿਸ਼ ਕਰਨ। ਸੋ ਫਿਰ ਵੀ ਜੇ ਅਸੀਂ ਵਧੀਆ ਤੋਂ ਵਧੀਆ ਸਕੂਲ ਨਾਲ ਵੀ ਗੱਲ ਕਰੀਏ, ਬਿਕੋਜ਼ ਇਹ ਵੀਡੀਓ ਬਣਾਉਣ ਤੋਂ ਬਾਅਦ ਮੈਂ ਐਟਲੀਸਟ 7-8 ਪ੍ਰਿੰਸੀਪਲਸ ਨਾਲ ਗੱਲ ਕੀਤੀ ਆ, ਅਤੇ ਫਿਰ ਵੀ ਜਿਹੜਾ ਵਾ ਉਹ ਆਨਲਾਈਨ ਜਿਹੜੀ ਲਰਨਿੰਗ ਆ, ਇਟਸ ਵੈਰੀ ਟਫ, ਇਹਦੇ 'ਤੇ ਹਜੇ ਪ੍ਰੋਸੈਸ ਨਹੀਂ ਬਣੇ ਹੋਏ। ਹਾਂ, ਕਿਤੇ ਨਾ ਕਿਤੇ ਯੂਨੋ ਸਕੂਲ ਹੋਮ ਕੋਲੈਬੋਰੇਸ਼ਨ ਵਰਗੇ ਕਰੀਕੁਲਮਸ ਬਣ ਸਕਦੇ ਨੇ, ਬਟ ਕਰੰਟਲੀ ਜਿਹੜਾ ਇਨਫਰਾਸਟ੍ਰਕਚਰ ਆ ਉਹ ਤਿਆਰ ਨਹੀਂ ਆ। ਸੋ ਕਿਤੇ ਨਾ ਕਿਤੇ ਮੈਨੂੰ ਵੀ ਇਹ ਲੱਗਦਾ, ਜੇ ਮੈਂ ਆਪਣਾ ਓਪੀਨੀਅਨ ਦੇਵਾਂ ਤਾਂ ਇਹਦੇ 'ਤੇ ਮਤਲਬ ਇਹਨੂੰ ਬਹੁਤ ਸੀਰੀਅਸਲੀ ਅਸੀਂ ਜਿਹੜਾ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਯੂਨੋ ਪ੍ਰੋਪਰ ਟੀਮ ਬਣਾ ਕੇ ਜਾਂ ਟਾਈਮ ਲੈ ਕੇ ਇਹਦਾ ਇੱਕ ਪ੍ਰੋਪਰ ਇੱਕ ਯੂਨੋ ਸ਼ਡਿਊਲ ਨਾ ਬਣਾ ਲਈਏ, ਪ੍ਰੋਪਰ ਸਿਲੇਬਸ ਨਾ ਬਣਾ ਲਈਏ, ਪ੍ਰੋਪਰ ਵੀਡੀਓਜ਼ ਨਾ ਬਣਾ ਲਈਏ। ਸੋ ਕਰੰਟਲੀ ਦਿਸ ਇਜ਼ ਨੋਟ ਸਕਸੈਸਫੁਲ। ਮੇਰੀ ਮਿਸਿਸ ਪੰਨੂ ਜੋ ਕਿ ਸੈਂਟਰਲ ਪਬਲਿਕ ਸਕੂਲ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਸਕੂਲ ਹੈ, ਇਹਨਾਂ ਨਾਲ ਗੱਲ ਹੋ ਰਹੀ ਸੀ, ਜਿਨ੍ਹਾਂ ਨੇ ਸਪੈਸ਼ਲੀ ਇਹ ਕਿਹਾ ਕਿ ਆਨਲਾਈਨ ਲਰਨਿੰਗ ਇਜ਼ ਯੂਨੋ ਸਮਥਿੰਗ ਵਿਚ ਇਜ਼ ਨੋਟ ਰਿਕਮੈਂਡਡ ਫੋਰ ਦਾ ਕਿਡਸ, ਮਤਲਬ ਕਿ ਬਹੁਤ ਲਾਰਜ ਸਕੇਲ 'ਤੇ ਇਟ ਇਜ਼ ਨੋਟ ਰਿਕਮੈਂਡਡ। ਬਿਕੋਜ਼ ਬਹੁਤ ਸਾਰੇ ਪੇਰੈਂਟਸ ਜਿਹੜੇ ਆ ਉਹ ਕੰਪਲੇਂਟ ਉਹਨਾਂ ਨੇ ਕੀਤੀ ਕਿ ਜਦੋਂ ਅਸੀਂ ਬੱਚਿਆਂ ਨੂੰ ਮੋਬਾਈਲਸ ਦੇ ਰਹੇ ਹਾਂ ਜਾਂ ਲੈਪਟੋਪਸ ਦੇ ਰਹੇ ਹਾਂ ਐਂਡ ਵੀ ਡੋਂਟ ਨੋ ਕਿ ਉਹ ਕੀ ਉਹਦੇ 'ਚ ਹੋਰ ਵੇਖ ਰਹੇ ਨੇ। ਸੋ ਕਿਤੇ ਨਾ ਕਿਤੇ ਬੱਚਿਆਂ ਦਾ ਜਿਹੜਾ ਧਿਆਨ ਆ ਉਹ ਡਾਈਵਰਟ ਹੋ ਰਿਹਾ ਵਾ। ਕਹਿੰਦੇ ਨਾ ਕਿ ਜਦੋਂ ਕਲਾਸ ਹੋਵੇ ਅਤੇ ਸਿਰਫ ਬਲੈਕਬੋਰਡ ਵੱਲ ਵੇਖ ਕੇ ਹੀ, ਸਿਰਫ ਬਲੈਕਬੋਰਡ ਦੀ ਹੀ ਜ਼ਰੂਰਤ ਹੁੰਦੀ ਆ ਤਾਂ ਕਿ ਬੱਚਿਆਂ ਦਾ ਕੰਸਨਟ੍ਰੇਸ਼ਨ ਜਿਹੜਾ ਬਲੈਕਬੋਰਡ 'ਤੇ ਜਿਹੜਾ ਉਹ ਬਣਿਆ ਰਹੇ, ਭਾਵੇਂ ਸਾਰੀ ਕਲਾਸ ਨਾ ਵੀ ਸੱਜੀ ਧੱਜੀ ਹੋਵੇ, ਇਟਸ ਟੋਟਲੀ ਓਕੇ। ਸੋ ਉਹੀ ਗੱਲ ਕਿ ਛੋਟੀ ਏਜ ਦੇ ਵਿੱਚ ਜਦੋਂ ਸਕੂਲ ਗੋਇੰਗ ਕਿਡਸ ਨੇ, ਸੋ ਇਟਸ ਵੈਰੀ ਟਫ ਕਿ ਉਹ ਆਨਲਾਈਨ ਮੋਡ 'ਤੇ ਆ ਜਾਣ। ਜਦੋਂ ਤੱਕ ਉਹਨਾਂ ਕੋਲ ਪ੍ਰੋਪਰ ਫੈਸਿਲਿਟੀਜ਼ ਨਹੀਂ ਹੋਣਗੀਆਂ, ਉਸ ਤਰ੍ਹਾਂ ਦੇ ਟੈਬਲੇਟਸ ਨਹੀਂ ਹੋਣਗੇ, ਉਸ ਤਰ੍ਹਾਂ ਦੀ ਯੂਨੋ ਫੈਸਿਲਿਟੀਜ਼ ਨਹੀਂ ਹੋਣਗੀਆਂ, ਉਦੋਂ ਤੱਕ ਜਿਹੜਾ ਵਾ ਉਹ ਬੱਚਿਆਂ ਨੂੰ ਜਿਹੜਾ ਆਨਲਾਈਨ ਪੜ੍ਹਾਉਣਾ ਵੀ ਇੱਕ ਟੀਚਰਸ ਲਈ ਬੜਾ ਚੈਲੇਂਜ ਬਣਿਆ ਜੇ, ਅਤੇ ਇੱਕ ਸਟੂਡੈਂਟਸ ਲਈ ਜਿਹੜਾ ਵਾ ਉਹ ਬਹੁਤ ਚੈਲੇਂਜ ਬਣਿਆ। ਸੋ ਅਤੇ ਜੇ ਅਸੀਂ ਟੀਚਰਸ ਦੀ ਗੱਲ ਕਰੀਏ, ਟੀਚਰਸ ਦਾ ਵੀ ਅਸੀਂ ਪੱਖ ਦੇਖ ਲੈਂਦੇ ਕਿ ਆਲਮੋਸਟ 5 ਕਰੋੜ ਟੀਚਰਸ ਨੇ ਐਂਡ ਨੋਨ ਟੀਚਿੰਗ ਸਟਾਫ, ਟੀਚਿੰਗ ਐਂਡ ਨੋਨ ਟੀਚਿੰਗ ਸਟਾਫ ਜਿਹੜਾ ਕਿ ਸਕੂਲਾਂ ਦੇ ਵਿੱਚ ਆਲ ਓਵਰ ਇੰਡੀਆ ਕੰਮ ਕਰਦਾ। ਸੋ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਆ ਫਿਗਰ ਆ। ਸੋ ਮੋਸਟਲੀ ਜਿਹੜੇ ਪ੍ਰਾਈਵੇਟ ਸਕੂਲ ਦੇ ਟੀਚਰਸ ਆ ਉਹ, ਜਾਂ ਕੋਈ ਵੀ ਸਕੂਲਾਂ ਦੇ ਜਿਹੜੇ ਟੀਚਰਸ ਆ, ਦੇ ਬਿਲੋਂਗ ਟੂ ਲੋਅਰ ਮਿਡਲ ਜਾਂ ਮਿਡਲ ਕਲਾਸ ਫੈਮਲੀਜ਼, ਉਹਨਾਂ ਦੇ ਵੀ ਆਪਣਾ ਯੂਨੋ ਲਾਈਵਲੀਹੁੱਡ ਜੀਣ ਲਈ, ਉਹਨਾਂ ਦਾ ਵੀ ਖੁਦ ਦਾ ਜਿਹੜਾ ਇੱਕ ਘਰ ਗ੍ਰਸਤੀ ਚਲਾਉਣ ਲਈ, ਇਟਸ ਵੈਰੀ ਇੰਪੋਰਟੈਂਟ ਕਿ ਉਹਨਾਂ ਤੱਕ ਵੀ ਉਹਨਾਂ ਦੀ ਸੈਲਰੀ ਜਿਹੜੀ ਆ ਉਹ ਮੰਥਲੀ ਪਹੁੰਚੇ, ਉਹਨਾਂ ਦੇ ਖੁਦ ਦੇ ਆਪਣਾ ਵੀ ਇੱਕ ਜੀਵਨ ਫੈਮਲੀ ਆ। ਸੋ ਅੱਗੋਂ ਅੱਗੋਂ ਜਿਹੜਾ ਵਾ ਚੇਨ ਜਿਹੜੀ ਆ ਉਹ ਡਿਸਟਰਬ ਹੁੰਦੀ ਜਾ ਰਹੀ ਹੈ। ਸਾਨੂੰ ਪੇਰੈਂਟਸ ਜਿਹੜੇ ਆ ਉਹ ਖੁਦ ਬੜੇ ਪਰੇਸ਼ਾਨ ਨੇ, ਅੱਗੋਂ ਸਕੂਲ ਪਰੇਸ਼ਾਨ ਨੇ, ਅਤੇ ਸਕੂਲਾਂ ਕਰਕੇ ਅੱਗੋਂ ਟੀਚਰਸ ਜਿਹੜੇ ਆ ਉਹ ਪਰੇਸ਼ਾਨ ਨੇ, ਦੇ ਆਰ ਨੋਟ ਏਬਲ ਟੂ ਗੈਟ ਦੇਅਰ ਸੈਲਰੀਜ਼। ਅਤੇ ਕਿਤੇ ਨਾ ਕਿਤੇ ਮੈਂ ਕਹਾਂਗੀ ਕਿ ਟੀਚਰਸ ਜਾਂ ਨੋਨ ਟੀਚਿੰਗ ਸਟਾਫ ਜਿਹੜਾ ਵਾ ਉਹ ਵੀ ਬਹੁਤ ਜ਼ਿਆਦਾ ਹੁੰਦਾ ਸਕੂਲਾਂ ਦੇ ਵਿੱਚ, ਕਿਤੇ ਨਾ ਕਿਤੇ ਹੋਪ ਲਾਈ ਬੈਠਾ ਹੈ ਕਿ ਉਹਨਾਂ ਦੀ ਮਾਰਚ ਦੀ ਸੈਲਰੀ ਆ ਜਾਏਗੀ ਜਾਂ ਉਹਨਾਂ ਦੀ ਅਪ੍ਰੈਲ ਦੀ ਸੈਲਰੀ ਆ ਜਾਏਗੀ ਜਾਂ ਕੀ ਉਹਦਾ ਬਣੇਗਾ, ਰਾਈਟ?
ਸੋ ਜੇ ਅਸੀਂ ਪੇਰੈਂਟਸ ਦੀ ਗੱਲ ਕਰੀਏ ਤਾਂ ਪੇਰੈਂਟਸ ਵੀ ਬਹੁਤ ਪਰੇਸ਼ਾਨ ਨੇ ਬਿਕੋਜ਼ ਹਰ ਫੈਮਿਲੀ ਜਿਹੜੀ ਆ ਉਹ ਕਰੰਟਲੀ ਡਿਸਟਰਬ ਹੋ ਗਈ ਆ। ਬਟ ਮੈਂ ਖੁਦ ਦਾ ਸੁਜੈਸ਼ਨ ਦੇਣਾ ਚਾਹੁੰਦੀ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਕੱਟ ਡਾਊਨ ਕਰੀਏ, ਬਟ ਐਜੂਕੇਸ਼ਨ ਨੂੰ ਅਸੀਂ ਪ੍ਰਾਇਰਿਟੀ ਰੱਖੀਏ ਆਪਣੀ ਫੈਮਿਲੀਸ 'ਚ, ਕਿਉਂਕਿ ਐਜੂਕੇਸ਼ਨ ਜਿਹੜਾ ਵਾ ਉਹ ਇੱਕ ਲਾਈਫ ਚੇਂਜਿੰਗ ਸਾਡੀ ਐਕਸਰਸਾਈਜ਼ ਆ ਸਾਡੇ ਬੱਚਿਆਂ ਲਈ, ਰਾਈਟ। ਇੱਕ ਬੱਚਾ ਜਿਹੜਾ ਕਿ ਨੋਰਮਲ ਫੈਮਿਲੀ 'ਚ ਪੈਦਾ ਹੋਇਆ ਵਾ, ਵਧੀਆ ਉਹਨੂੰ ਐਜੂਕੇਸ਼ਨ ਮਿਲ ਜੇ, ਆਈ ਥਿੰਕ ਉਹਦੀ ਪੂਰੀ ਜ਼ਿੰਦਗੀ ਜਿਹੜੀ ਆ ਉਹ ਬਦਲ ਜਾਂਦੀ ਆ। ਸੋ ਕਰੰਟਲੀ ਜਿਹੜੇ ਪੇਰੈਂਟਸ ਆ, ਜਿੰਨਾ ਉਹ ਤਰਜੀਹ ਸਾਡੇ ਡੇਲੀ ਮੀਲ ਨੂੰ ਦੇ ਰਹੇ ਨੇ, ਜਿੰਨੀ ਉਹ ਤਰਜੀਹ ਸਾਡੀ ਹੈਲਥ ਸਰਵਿਸਿਜ਼ ਨੂੰ ਕਰੰਟਲੀ ਦੇ ਰਹੇ ਨੇ, ਆਪਣੇ ਬੱਚਿਆਂ ਦੀ ਸਿਹਤ ਨੂੰ ਦੇ ਰਹੇ ਨੇ, ਇਹਨੂੰ ਛੋਟੀ ਛੋਟੀ ਚੀਜ਼ ਵੀ ਧੋ ਕੇ ਉਹਨਾਂ ਨੂੰ ਖਵਾ ਰਹੇ ਨੇ, ਬਾਰ ਬਾਰ ਉਹਨਾਂ ਨੂੰ ਕਹਿ ਰਹੇ ਕਿ ਆਪਣੇ ਹੱਥ ਧੋ, ਆਪਣੇ ਬੱਚਿਆਂ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਓਨੀ ਜਿਹੜੀ ਤਰਜੀਹ ਆ ਉਹ ਪੜ੍ਹਾਈ ਨੂੰ ਵੀ ਦੇਣ ਦੀ ਬਹੁਤ ਜ਼ਰੂਰਤ ਆ। ਸੋ ਪੇਰੈਂਟਸ ਨੂੰ ਵੀ ਇਹ ਸਮਝਣਾ ਪਏਗਾ ਕਿ ਕਿਤੇ ਨਾ ਕਿਤੇ ਸਾਨੂੰ ਜਿਹੜਾ ਆਪਣੇ ਬੱਚਿਆਂ ਲਈ ਜਿਹੜਾ ਬਜਟ ਆ ਉਹ ਸੇਵ ਕਰਕੇ ਰੱਖਣਾ ਪਏਗਾ। ਸੋ ਬਹੁਤ ਸਾਰੇ ਪੇਰੈਂਟਸ ਇੱਦਾਂ ਦੇ ਹੁੰਦੇ ਨੇ, ਤਕਰੀਬਨ ਮੈਂ ਕਹਾਂਗੀ ਸਾਰੇ ਪੇਰੈਂਟਸ ਇੱਦਾਂ ਦੇ ਨੇ ਕਿ ਜਿਹੜੇ ਆਪਣੀ ਹੈਸੀਅਤ ਤੋਂ ਵੱਡੇ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਉਂਦੇ ਨੇ। ਸੋ ਇਟਸ ਵੈਰੀ ਟਫ ਫੋਰ ਦੈਮ ਕਿ ਉਹ ਉਹਨਾਂ ਦੀ ਫੀਸ ਕਿੱਦਾਂ ਪੇ ਕਰਨ, ਜਾਂ ਇਸ ਟਾਈਮ ਉਹ ਵੀ ਬੜੀ ਇੱਕ ਪਰੇਸ਼ਾਨੀ ਦੇ ਵਿੱਚ ਹੈਗੇ ਨੇ। ਬਟ ਫਿਰ ਵੀ ਸਾਡੇ ਬੱਚਿਆਂ ਲਈ ਜਿਹੜੀ ਮੈਂ ਕਹਾਂਗੀ ਕਿ ਉਹ ਪੜ੍ਹਾਈ ਬਹੁਤ ਜ਼ਰੂਰੀ ਆ, ਅਤੇ ਇਸ ਤਰ੍ਹਾਂ ਦੀ ਥੋਟ ਪ੍ਰੋਸੈਸ ਅਸੀਂ ਨਹੀਂ ਲੈ ਕੇ ਆਉਣੀ ਕਿ ਸਾਡੇ ਬੱਚੇ ਤਾਂ ਕਰੰਟਲੀ ਪੜ੍ਹ ਹੀ ਨਹੀਂ ਰਹੇ, ਜਾਂ ਫਿਰ ਸਕੂਲ ਵਾਲੇ ਇਹਨੂੰ ਡਰਾਮੇ ਕਰਦੇ ਨੇ। ਮੈਂ ਕਈਆਂ ਦੇ ਇੱਦਾਂ ਦੇ ਪੋਸਟ ਦੇਖਦੀ, ਮੈਨੂੰ ਬੜਾ ਮੇਰਾ ਮਨ ਦੁਖਦਾ ਕਿ ਅਸੀਂ ਕਿੱਦਾਂ ਇੱਕ ਸਕੂਲ ਦੀ, ਯੂਨੋ ਸਕੂਲ, ਮੈਂ ਜਦੋਂ ਸਕੂਲ ਜਾਂਦੀ ਸੀ ਮੈਨੂੰ ਅੱਜ ਵੀ ਯਾਦ ਆ ਕਿ ਪਤਾ ਨਹੀਂ ਮੈਂ ਆਪਣੇ ਸੀਨੀਅਰਸ ਨੂੰ ਦੇਖ ਦੇਖ ਕੇ ਸ਼ਾਇਦ ਇੱਦਾਂ ਕਰਦੀ ਸੀ ਕਿ ਮੈਂ ਹਮੇਸ਼ਾ ਉਹਨੂੰ ਯੂਨੋ ਮੱਥਾ ਟੇਕਣਾ, ਮੈਂ ਕਿ ਜਿੱਦਾਂ ਇੱਕ ਆਪਾਂ ਗੁਰਦੁਆਰੇ 'ਚ ਜਾ ਕੇ ਮੱਥਾ ਟੇਕਦੇ ਹਾਂ, ਕਿ ਇੱਦਾਂ ਮੈਂ ਹਮੇਸ਼ਾ ਹੀ ਥਰੂ ਆਊਟ ਕਿ ਸਾਡਾ ਸਕੂਲ, ਸਾਡੇ ਟੀਚਰਸ ਸਾਨੂੰ ਜਿਹੜਾ ਪੜ੍ਹਾ ਰਹੇ ਨੇ, ਜਿੱਥੇ ਸਾਡੇ ਬੱਚਿਆਂ ਨੂੰ ਗਿਆਨ ਮਿਲ ਰਿਹਾ, ਵੀ ਸ਼ੁੱਡ ਕੈਰੀ ਅ ਲੋਟ ਆਫ ਰਿਸਪੈਕਟ ਫੋਰ ਦਾ ਇੰਸਟੀਟਿਊਟ ਐਜ਼ ਵੈਲ ਐਜ਼ ਫੋਰ ਦਾ ਟੀਚਰਸ। ਜੇ ਤੁਹਾਨੂੰ ਰਿਸਪੈਕਟ ਨਹੀਂ ਆ ਰਹੀ ਤਾਂ ਤੁਸੀਂ ਸਕੂਲ ਚੇਂਜ ਕਰ ਦਿਓ, ਉਹ ਬਹੁਤ ਇੰਪੋਰਟੈਂਟ ਆ। ਸੋ ਸਾਨੂੰ ਜਿਹੜਾ ਬੱਚਿਆਂ ਦੀ ਭਲਾਈ ਲਈ, ਮੈਂ ਪੇਰੈਂਟਸ ਨੂੰ ਇਹ ਜ਼ਰੂਰ ਕਹਾਂਗੀ ਕਿ ਬੱਚਿਆਂ ਦੀ ਭਲਾਈ ਵਾਸਤੇ ਸਾਨੂੰ ਸਾਰਿਆਂ ਨੂੰ ਆਪਸੀ ਸਹਿਮਤੀ ਨਾਲ ਜਿਹੜਾ ਕਿ ਉਹ ਅੱਗੇ ਵਧਣਾ ਪਏਗਾ। ਟੀਚਰਸ ਨੂੰ ਵੀ ਸੈਲਰੀ ਇੰਪੋਰਟੈਂਟ ਆ, ਪੇਰੈਂਟਸ ਲਈ ਵੀ ਇਹ ਇੱਕ ਚੈਲੇਂਜ ਆ, ਅਤੇ ਸਕੂਲ ਲਈ ਵੀ ਸਰਵਾਈਵ ਕਰਨਾ ਜਿਹੜਾ ਕਿ 3-4 ਮਹੀਨੇ ਉਹਨਾਂ ਨੂੰ ਇੱਕ ਯੂਨੋ ਵਿੱਚ ਇੱਕ ਵਿੱਚ ਪੂਰੀ ਬ੍ਰੇਕ ਆ ਗਈ ਆ, ਵੈਰੀ ਵੈਰੀ ਟਫ ਕਿ 2 ਮਹੀਨੇ ਦਾ ਸਰਵਾਈਵ ਕਰਨਾ, ਬਿਕੋਜ਼ ਹਰ ਇੱਕ ਨੇ ਜੋ ਵੀ ਉਹਦੀ ਮੰਥਲੀ ਇਨਕਮ ਆਉਣੀ ਹੁੰਦੀ ਉਹਦੇ 'ਚੋਂ ਹੀ ਐਕਸਪੈਂਸਿਸ ਕਰਨੇ ਹੁੰਦੇ ਨੇ, ਉਹਦੇ 'ਚੋਂ ਹੀ ਸੈਲਰੀ ਦੇਣੀ ਹੁੰਦੀ ਹੈ। ਸੋ ਇਟਸ ਵੈਰੀ ਟਫ, ਸਾਨੂੰ ਲੱਗਦਾ ਕਿ ਇੱਕ ਸਕੂਲ ਦੀ ਫੀਸ ਦੇ ਕੇ ਜਾਂ ਜਦੋਂ ਇਸ ਚੀਜ਼ ਦਾ ਸੋਲਿਊਸ਼ਨ ਨਹੀਂ ਕਰਾਂਗੇ ਤਾਂ ਕੋਈ ਫਰਕ ਨਹੀਂ ਪੈਣਾ, ਬਟ ਤੁਸੀਂ ਇਹ ਦੇਖੋ ਕਿ ਪੂਰੇ ਇੰਡੀਆ ਦੇ ਵਿੱਚ ਜਦੋਂ ਹਰ ਕੋਈ ਇੱਦਾਂ ਹੀ ਕਰਨ ਲੱਗ ਜਾਏਗਾ, ਅਤੇ 5 ਕਰੋੜ ਜਿਹੜੇ ਆ ਉਹ ਟੀਚਰਸ ਅਤੇ ਜਿਹੜੇ ਨੋਨ ਟੀਚਿੰਗ ਸਟਾਫ ਆ ਉਹਦੇ 'ਤੇ ਇਹ ਜਿਹੜਾ ਇਫੈਕਟ ਆਏਗਾ। ਸੋ ਇਟਸ ਅ ਹਿਊਜ ਨੰਬਰ, ਇੰਨਾ ਬੜੀ ਨੈਗੇਟਿਵਿਟੀ ਜਿਹੜੀ ਆ ਉਹ ਫੈਲਦੀ ਆ, ਅਤੇ ਸਾਡੀ ਜਿਹੜੀ ਸਕੂਲ ਦੀ ਫੀਸ ਆ ਜਾਂ ਸਕੂਲ ਦੀ ਜਿਹੜੀ ਪੜ੍ਹਾਈ ਆ, ਯੂਨੋ ਇਟਸ ਵੈਰੀ ਮੱਚ ਰਿਲੇਟਿਡ ਟੂ ਸਾਡੇ ਬੱਚਿਆਂ ਦੇ ਨਾਲ, ਬਹੁਤ ਰਿਲੇਟਿਡ ਆ। ਸੋ ਇਸ ਚੀਜ਼ ਨੂੰ ਅਸੀਂ ਸੀਰੀਅਸਲੀ ਮੈਂ ਕਹਿੰਦੀ ਹਾਂ ਕਿ ਅਸੀਂ ਜ਼ਰੂਰ ਇਸ ਚੀਜ਼ ਵੱਲ ਗੌਰ ਕਰੀਏ। ਸੋ ਮੇਰੇ ਕੁਛ ਥੋੜ੍ਹੇ ਬਹੁਤੇ ਸੁਜੈਸ਼ਨਸ ਨੇ ਜੋ ਮੈਨੂੰ ਲੱਗਾ ਇਹ ਸਾਰਾ ਕੁਛ ਦੇਖ ਕੇ ਕਿ ਵਾਟ ਸੁਜੈਸ਼ਨਸ ਆਈ ਕੈਨ ਗਿਵ। ਪਹਿਲੇ ਦੇ ਸਕੂਲਾਂ ਵਾਸਤੇ ਮੇਰੇ ਕੁਛ ਸੁਜੈਸ਼ਨ ਨੇ ਕਿ ਲੋਵੈਸਟ ਐਡਮਿਸ਼ਨ ਫੀਸ ਰੱਖਣ, ਬਿਕੋਜ਼ ਸਾਰਿਆਂ ਨੂੰ ਹੀ ਪਤਾ ਕਿ ਕਿੰਨੀ ਜ਼ਿਆਦਾ ਇਸ ਵਕਤ ਹਰ ਕੋਈ ਜਿਹੜਾ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ 'ਚ ਆ, ਜਿੱਦਾਂ ਲਾਸਟ ਈਅਰ ਸੀ ਸਾਡਾ ਸਕੂਲ, ਉੱਦਾਂ ਹੀ ਅਸੀਂ ਉਹਨੂੰ ਕੰਟੀਨਿਊ ਕਰ ਸਕਦੇ ਹਾਂ ਵਿਦ ਨੋ ਨਿਊ ਥਿੰਗਸ ਟੂ ਬੀ ਐਡਿਡ, ਅਤੇ ਐਡਮਿਸ਼ਨ ਫੀਸ ਜਿਹੜੀ ਆ ਅਸੀਂ ਲੋਵੈਸਟ ਕਰਨ ਦੀ ਕੋਸ਼ਿਸ਼ ਕਰੀਏ, ਕੋਈ ਹਾਈਕ ਨਾ ਕਰੀਏ ਆਪਣੀ ਫੀਸ ਦੇ ਵਿੱਚ, ਐਂਡ ਦੈਨ
ਜੇ ਕੋਈ ਪੇਰੈਂਟਸ ਜਿਹੜੇ ਆ ਉਹ ਡਿਲੇ ਕਰਕੇ ਫੀਸ ਦੇਣਾ ਚਾਹੁੰਦੇ ਤਾਂ ਦੈਟ ਸ਼ੁੱਡ ਬੀ ਆਈ ਥਿੰਕ ਟੋਟਲੀ ਓਕੇ, ਬਟ ਪੇਰੈਂਟਸ ਜਿਹੜੇ ਆ ਉਹ ਫੀਸ ਜਿਹੜੀ ਆ ਉਹ ਜ਼ਰੂਰ ਦੇਣ। ਅਤੇ ਉਹਦੇ 'ਤੇ ਵੀ ਮੈਂ ਅੱਗੇ ਕੁਛ ਪੁਆਇੰਟਸ ਜਿਹੜੇ ਆਪਣੇ ਰੱਖਾਂਗੀ ਕਿ ਪੇਰੈਂਟਸ ਜਿਹੜੇ ਆ ਉਹ ਫੀਸ ਕਿੱਦਾਂ ਦੇਣ, ਕਿ ਉਹਨਾਂ ਦੀ ਵੀ ਬਹੁਤ ਜ਼ਿਆਦਾ ਹੈਲਪ ਹੋਣੀ ਚਾਹੀਦੀ ਆ, ਬਿਕੋਜ਼ ਬਹੁਤ ਜ਼ਿਆਦਾ ਇਹ ਟਫ ਜਿਹੜੀ ਆ ਉਹ ਸਿਚੁਏਸ਼ਨ ਆ। ਸੋ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਮੈਂ ਇੱਕ ਇਹ ਗੱਲ ਦੱਸਣਾ ਚਾਹੁੰਦੀ ਕਿ ਜੇ ਅਸੀਂ ਸਾਰੇ ਜਣੇ ਇਹ ਸੋਚਾਂਗੇ ਕਿ ਫੀਸ ਘੱਟ ਹੋ ਜੇ ਜਾਂ ਫੀਸ ਜਿਹੜੀ ਆ ਮਾਫ਼ ਹੋ ਜੇ, ਅਤੇ ਉਹਦੇ ਨਾਲ ਕੀ ਹੋਏਗਾ, ਸਾਡੇ ਹੀ ਬੱਚਿਆਂ ਦਾ ਨੁਕਸਾਨ ਆ। ਕੀ ਹੋਏਗਾ, ਸਕੂਲ ਵੀ ਸੋਚੇਗਾ ਕਿ ਅੱਛਾ ਮੈਨੂੰ ਇਸ ਸਾਲ ਜਿਹੜੇ ਆ ਉਹ ਮੈਨੂੰ ਇੰਨੀ ਅਮਾਊਂਟ ਨਹੀਂ ਆਈ ਇਸ ਮਹੀਨੇ, ਅਤੇ ਮੈਂ ਕਿਤੋਂ ਨਾ ਕਿਤੋਂ ਉਹਨੂੰ ਕਵਰ ਕਰਾਂ, ਅਤੇ ਫਿਊਚਰ ਦੇ ਵਿੱਚ ਜਿਹੜੇ ਆ ਉਹ ਹੋ ਸਕਦਾ ਕਿ ਬਹੁਤ ਵਧੀਆ ਟੀਚਰਸ ਨਾ ਰੱਖ ਪਾਉਣ, ਜਿੱਦਾਂ ਦੀਆਂ ਉਹਨਾਂ ਨੇ ਕੰਪਿਊਟਰ ਲੈਬ ਸੋਚੀਆਂ ਸੀ ਉੱਦਾਂ ਦੀਆਂ ਉਹ ਨਾ ਕਰਨ। ਸੋ ਜੋ ਹੋ ਸਕਦਾ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਆ ਐਜੂਕੇਸ਼ਨ ਦੀ ਕੁਆਲਿਟੀ 'ਤੇ ਕੰਪਰੋਮਾਈਜ਼ ਹੋ ਜੇ। ਸੋ ਕਿਤੇ ਅਸੀਂ 1,000 ਰੁਪਇਆ ਦੇਣ ਦੇ ਪਿੱਛੇ ਇੱਕ ਮਹੀਨੇ ਦੀ ਇੱਕ ਵੱਡੀ ਤਾਦਾਦ ਦੇ ਵਿੱਚ ਅਸੀਂ ਇਹ ਨਾ ਕਰ ਦਈਏ ਕਿ ਓਵਰਆਲ ਸਕੂਲ ਦੀ ਜਿਹੜੀ ਆ ਉਹ ਕੁਆਲਿਟੀ ਜਿਹੜੀ ਆ ਉਹ ਸਕੂਲ ਨੂੰ ਉਹਦੇ 'ਤੇ ਕੰਪਰੋਮਾਈਜ਼ ਕਰਨਾ ਪੈ ਜੇ। ਬਿਕੋਜ਼ ਜਦੋਂ ਇੱਕ ਪੇਰੈਂਟ ਇੱਦਾਂ ਕਰੇਗਾ ਤਾਂ ਬਹੁਤ ਸਾਰੇ ਪੇਰੈਂਟ ਜਿਹੜੇ ਆ ਉਹਨੂੰ ਫੋਲੋ ਕਰਨਗੇ ਐਂਡ ਇਸ ਇੰਸਟੀਟਿਊਟ ਨੂੰ ਜਿਹੜਾ ਬਹੁਤ ਇਫੈਕਟ ਪਏਗਾ। ਸੋ ਸਕੂਲਸ ਕਿਤੇ ਨਾ ਕਿਤੇ ਇੱਕ ਮਾਈਨੋਰਿਟੀ ਆ, ਥੋੜ੍ਹੇ ਉਹ ਫਾਈਟ ਨਹੀਂ ਕਰ ਸਕਦੇ ਇੰਨੀ ਜਲਦੀ, ਰਾਈਟ? ਪ੍ਰਾਈਵੇਟ ਸਕੂਲ ਜੇ ਆਪਾਂ ਸੋਚੀਏ ਤਾਂ ਇੱਕ ਪ੍ਰਾਈਵੇਟ ਸਕੂਲ ਆ ਅਤੇ ਉਹਦੇ ਪਿੱਛੇ ਬੋਲਣ ਵਾਲੇ 10,000 ਲੋਕ ਨੇ, ਰਾਈਟ? ਸੋ ਕਿਤੇ ਨਾ ਕਿਤੇ ਸਕੂਲਸ ਜਿਹੜੇ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਖੁਦ ਪ੍ਰੋਬਲਮ 'ਚ ਆ, ਉਹਨਾਂ ਨੂੰ ਇੱਕ ਸਖਤ ਯੂਨੋ ਕਿ ਉਹਨਾਂ ਦੀ ਐਫੀਲੇਸ਼ਨ ਕੈਂਸਲ ਹੋ ਜਾਏਗੀ ਇੱਦਾਂ ਕਹਿ ਕੇ ਯੂਨੋ ਉਹਨਾਂ ਨੂੰ ਸਰਕਾਰ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਰੁਕਣ ਲਈ ਜਿਹੜਾ ਵਾ ਉਹ ਕਹਿ ਰਹੀ ਆ। ਬਟ ਸਾਨੂੰ ਜਿਹੜੀ ਆ ਐਜ਼ ਏ ਪੇਰੈਂਟ, ਸਕੂਲ ਵੀ ਸਾਡੀ ਇੱਕ ਫੈਮਿਲੀ ਆ, ਸਾਡੇ ਬੱਚੇ ਜਾਂਦੇ ਨੇ, ਸਾਰਾ ਟਾਈਮ ਉੱਥੇ ਸਪੈਂਡ ਕਰਦੇ ਨੇ। ਸੋ ਕਿਤੇ ਨਾ ਕਿਤੇ ਵਿੱਚ ਵਾਲਾ ਰਾਹ ਜਿਹੜਾ ਉਹ ਸਾਨੂੰ ਕੱਢਣਾ ਚਾਹੀਦਾ। ਸੋ ਗੌਰਮੈਂਟ ਦਾ ਬਹੁਤ ਵੱਡਾ ਰੋਲ ਆ ਇਹਦੇ ਵਿੱਚ, ਇਹ ਬਹੁਤ ਹੀ ਇੱਕ ਬਹੁਤ ਯੂਨੋ ਪ੍ਰਾਇਰਿਟੀ 'ਤੇ ਲੈਣ ਵਾਲਾ ਇਸ਼ੂ ਮੈਂ ਕਹਾਂਗੀ। ਜਿੱਦਾਂ ਕਿ ਅਸੀਂ ਹੈਲਥ ਪ੍ਰਾਇਰਿਟੀ 'ਤੇ ਲੈ ਰਹੇ ਹਾਂ, ਉੱਦਾਂ ਹੀ ਸਿੱਖਿਆ ਐਜੂਕੇਸ਼ਨ ਵੀ ਪ੍ਰਾਇਰਿਟੀ 'ਤੇ ਲੈਣ ਵਾਲਾ ਇਸ਼ੂ ਆ। ਸੋ ਗੌਰਮੈਂਟ ਨੂੰ ਇਹ ਚਾਹੀਦਾ ਹੈ ਕਿ ਉਹ ਪੇਰੈਂਟਸ ਨੂੰ ਜਿਹੜੀ ਆ ਸਬਸਿਡੀ ਦੇਵੇ, ਪੇਰੈਂਟਸ ਨੂੰ ਹੈਲਪ ਕਰੇ, ਉਹਨਾਂ ਕੋਲ ਡਿਟੇਲ ਲਵੇ ਕਿ ਕਿੰਨੀ ਫੀਸ ਉਹਨਾਂ ਦੇ ਬੱਚਿਆਂ ਦੀ ਜਾਣੀ ਆ, ਅਤੇ ਉਹਨਾਂ ਨੂੰ ਹੈਲਪ ਕਰੇ ਫੀਸ ਪੇ ਕਰਨ 'ਚ। ਸਕੂਲਾਂ ਨੂੰ ਵੀ ਉਹ ਹੈਲਪ ਕਰੇ, ਉਹ ਪੂਰਾ ਡੇਟਾ ਲਵੇ ਕਿ ਕਿੰਨੇ ਬੱਚੇ ਨੇ ਕਿੰਨੀ ਫੀਸ ਤੁਹਾਨੂੰ ਆਉਣੀ ਸੀ, ਅਤੇ ਸਕੂਲਾਂ ਨੂੰ ਜਾਂ ਫਿਰ ਉਹ ਸਬਸਿਡੀ ਜਿਹੜੀ ਆ ਉਹ ਜਾਰੀ ਕਰੇ। ਮਤਲਬ ਚੇਨ ਨਾ ਬ੍ਰੇਕ ਹੋਵੇ, ਕਿਤੋਂ ਨਾ ਕਿਤੇ ਗੌਰਮੈਂਟ ਜਿਹੜੀ ਆ ਉਹਨੂੰ ਆਪਣੇ ਫੰਡਸ ਜਿਹੜੇ ਆ ਉਹ ਦੇਣੇ ਪੈਣਗੇ ਜਾਂ ਦੇਣੇ ਚਾਹੀਦੇ ਨੇ, ਜਿਹਦੇ ਨਾਲ ਕਿ ਇਹ ਸਕੂਲ ਅਤੇ ਪੇਰੈਂਟਸ ਨਾ ਆਪਸ 'ਚ ਲੜਦੇ ਰਹਿਣ, ਜੋ ਕਿ ਬਣਦਾ ਹੀ ਨਹੀਂ ਲੜਨਾ। ਉਹ ਤਾਂ ਇੱਕ ਪੂਰੀ ਫੈਮਿਲੀ ਨੇ, ਪੇਰੈਂਟਸ, ਬੱਚੇ, ਸਕੂਲ, ਦੇ ਆਰ ਅ ਫੈਮਿਲੀ। ਸੋ ਗੌਰਮੈਂਟ ਸ਼ੁੱਡ ਕਮ ਫੋਰਵਰਡ ਕਿ ਉਹ ਕੋਈ ਨਾ ਕੋਈ ਸਬਸਿਡੀ ਜਾਰੀ ਕਰੇ ਪੇਰੈਂਟਸ ਨੂੰ ਜਾਂ ਫਿਰ ਸਕੂਲਸ ਨੂੰ, ਤਾਂ ਕਿ ਇਹ ਵਾਲੀ ਚੇਨ ਆ ਜਿਹੜੀ ਆ ਉਹ ਜ਼ਿਆਦਾ ਬ੍ਰੇਕ ਜਿਹੜੀ ਆ ਉਹ ਨਾ ਹੋਵੇ, ਭਾਵੇਂ ਕੁਛ ਪਰਸੈਂਟੇਜ ਹੀ ਕਰੇ, ਭਾਵੇਂ 50% ਕਰੇ। ਸੋ ਕਿਤੇ ਨਾ ਕਿਤੇ ਸਾਡੇ ਪੇਰੈਂਟਸ ਦਾ, ਐਜ਼ ਅ ਪੇਰੈਂਟ ਸਾਡਾ ਫਰਜ਼ ਬਣਦਾ ਹੈ ਕਿ ਕਰੰਟਲੀ ਸਾਨੂੰ ਜਿਹੜਾ ਐਜੂਕੇਸ਼ਨ ਆ ਉਹਨੂੰ ਪ੍ਰਾਇਰਿਟੀ 'ਤੇ ਲੈ ਕੇ ਸਪੋਰਟ ਕਰਨ ਦੀ ਜਿਹੜੀ ਜ਼ਰੂਰਤ ਹੈ, ਨਾ ਕਿ ਅਸੀਂ ਖੁਦ ਹੀ ਬੱਚੇ ਲਈ ਸਕੂਲ ਚੁਣ ਕੇ ਅਤੇ ਖੁਦ ਹੀ ਉਹਦੇ ਖਿਲਾਫ ਬੋਲੀ ਜਾਈਏ, ਜਾਂ ਫਿਰ ਟੀਚਰਸ ਦੇ ਐਫਰਟ ਨੂੰ, ਸਕੂਲ ਦੇ ਐਫਰਟ ਨੂੰ ਜਿਹੜਾ ਵਾ ਉਹ ਬਿਲਕੁਲ ਇਗਨੋਰ ਕਰ ਦਈਏ, ਇਹ ਕਹਿ ਕੇ ਕਿ ਉਹ ਮਹੀਨੇ ਦਾ ਸਾਡੇ ਕੋਲ 1,000-2,000 ਰੁਪਇਆ ਲੈਣਾ ਚਾਹੁੰਦੇ ਨੇ ਇਸ ਕਰਕੇ ਉਹ ਇੱਦਾਂ ਕਰ ਰਹੇ ਨੇ। ਜ਼ਰੂਰੀ ਨਹੀਂ ਕਿ ਸਕੂਲ ਇਸ ਕਰਕੇ ਇੱਦਾਂ ਕਰ ਰਹੇ ਨੇ, ਬੱਚਿਆਂ ਦੀ ਵੀ ਇੱਕ ਬਹੁਤ ਵੱਡੀ ਰੂਟੀਨ ਜਿਹੜੀ ਆ ਡਿਸਟਰਬ ਹੋ ਜਾਂਦੀ ਆ ਇਸ ਤਰ੍ਹਾਂ ਛੁੱਟੀਆਂ ਜਦੋਂ ਵਿੱਚ ਆ ਜਾਂਦੀਆਂ ਨੇ ਜਾਂ ਇਸ ਤਰ੍ਹਾਂ ਜਦੋਂ ਕੋਈ ਵੀ ਪ੍ਰੋਬਲਮ ਆ ਜਾਂਦੀ। ਸੋ ਕਿਤੇ ਨਾ ਕਿਤੇ ਉਹ ਵੀ ਠੀਕ ਕਰ ਰਹੇ ਨੇ ਕਿ ਬੱਚੇ ਨੂੰ ਇੰਗੇਜ ਕਰਕੇ ਰੱਖਣ। ਸੋ
ਗਵਰਨਮੈਂਟ ਨੂੰ ਚਾਹੀਦਾ ਕਿ ਇੰਟਰਸਟ ਫਰੀ ਲੋਨ ਜਿਹੜਾ ਉਹ ਇਮੀਡੀਏਟਲੀ ਸਕੂਲਸ ਨੂੰ ਜਾਰੀ ਕਰੇ ਤਾਂ ਕਿ ਉਹ ਇਮੀਡੀਏਟ ਆਪਣੇ ਟੀਚਿੰਗ ਅਤੇ ਨੋਨ ਟੀਚਿੰਗ ਸਟਾਫ ਨੂੰ ਪੇ ਕਰ ਸਕੇ, ਕੋਈ ਉਹਨਾਂ ਨੂੰ ਫੈਸਿਲਿਟੀ ਦੇਵੇ, ਫਿਰ ਜਦੋਂ ਪੇਰੈਂਟਸ ਹੌਲੀ ਹੌਲੀ ਆਪਣੀਆਂ ਫੀਸ ਜਿਹੜੀਆਂ ਉਹ ਦੇ ਦੇਣ ਅਤੇ ਆਪਣੇ ਆਪ ਜਿਹੜਾ ਵਾ ਉਹ ਆਪਣਾ ਲੋਨ ਜਿਹੜਾ ਉਹ ਰਿਟਰਨ ਕਰ ਸਕਦੇ ਆ, ਐਂਡ ਸੇਮ ਦੇ ਕੈਨ ਡੂ ਫੋਰ ਦਾ ਪੇਰੈਂਟਸ ਆਲਸੋ ਕਿ ਪੇਰੈਂਟਸ ਨੂੰ ਵੀ ਸਬਸਿਡੀ ਦੇਣ ਜਾਂ ਫਿਰ ਜਿਹੜਾ ਵਾ ਉਹ ਇੰਟਰਸਟ ਫਰੀ ਲੋਨ ਪੇਰੈਂਟਸ ਨੂੰ ਪ੍ਰੋਵਾਈਡ ਕਰਨ ਤਾਂ ਕਿ ਉਹ ਈਜ਼ਲੀ ਜਿਹੜਾ ਵਾ ਆਪਣੇ ਬੱਚਿਆਂ ਦੀ ਫੀਸ ਜਿਹੜੀ ਆ ਉਹ ਪੇ ਕਰ ਸਕਣ। ਜੁਆਇੰਟਲੀ ਸਾਡੀਆਂ ਸਟੇਟ ਗੌਰਮੈਂਟਸ ਨੂੰ, ਸਾਡੀ ਸੈਂਟਰਲ ਗੌਰਮੈਂਟ ਨੂੰ, ਸਾਡੇ ਪੇਰੈਂਟਸ ਨੂੰ, ਸਾਡੇ ਸਕੂਲਸ ਨੂੰ, ਬੱਚਿਆਂ ਨੂੰ, ਹਰ ਇੱਕ ਨੂੰ ਜਿਹੜਾ ਵਾ ਜੁਆਇੰਟਲੀ ਇਹਦੇ 'ਤੇ ਕੰਮ ਕਰਨਾ ਪਏਗਾ। ਇਹ ਬਹੁਤ ਹੀ ਇੰਪੋਰਟੈਂਟ ਮੈਟਰ ਆ, ਇਹ ਬਹੁਤ ਹੀ ਕ੍ਰਿਟੀਕਲ ਮੈਟਰ ਆ। ਮੈਂ ਤਾਂ ਹੈਰਾਨ ਹਾਂ ਕਿ ਅੱਜ ਅਸੀਂ ਸਿਹਤ ਵੱਲ ਕਿੰਨਾ ਜ਼ਿਆਦਾ ਧਿਆਨ ਦੇ ਰਹੇ ਹਾਂ, ਪਰ ਫਿਰ ਕਿਤੇ ਨਾ ਕਿਤੇ ਅਸੀਂ ਸਿੱਖਿਆ ਨੂੰ ਪਿੱਛੇ ਸੁੱਟਦੇ ਜਾ ਰਹੇ ਹਾਂ। ਫਿਰ ਕਿਤੇ ਨਾ ਕਿਤੇ ਸਾਨੂੰ ਲੱਗ ਰਿਹਾ ਕਿ ਸਕੂਲ ਜਿਹੜਾ ਵਾ ਉਹ ਡਰਾਮਾ ਹੀ ਕਰ ਰਿਹਾ, ਜਾਂ ਸਟੱਡੀ ਦੀ ਕੋਈ ਗੱਲ ਨਹੀਂ, ਸਾਡਾ ਬੱਚਾ ਖਾ ਠੀਕ ਰਿਹਾ, ਉਹਦੀ ਸਿਹਤ ਠੀਕ ਆ, ਅਸੀਂ ਇਸ ਉਹਦੇ ਨਹੀਂ। ਸਾਡੇ ਬੱਚੇ ਦੀ ਪੜ੍ਹਾਈ ਵੀ ਬਹੁਤ 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 ਜ਼ਰੂਰਤ ਆ, ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਇੰਡੀਆ ਵਰਗੇ ਕੰਟਰੀ ਦੇ ਵਿੱਚ ਹੁੰਦੇ ਤਾਂ ਸਾਡੇ ਬੱਚਿਆਂ ਕੋਲ ਸਿਰਫ ਪੜ੍ਹਾਈ ਇੱਕ ਗਹਿਣਾ ਹੁੰਦਾ, ਸਿਰਫ ਉਹੀ ਸਾਡੀ ਜ਼ਰੂਰੀ ਆ, ਸਿਰਫ ਉਹੀ ਸਾਨੂੰ ਕਿਤੇ ਨਾ ਕਿਤੇ ਯੂਨੋ ਕਿਤੇ ਪਾਰ ਲਾਉਂਦੀ ਆ। ਸੋ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਕਿ ਸਾਡੇ ਬੱਚੇ ਦਾ ਇੱਕ ਇੱਕ ਵੀਕ, ਇੱਕ ਇੱਕ ਦਿਨ, ਇੱਕ ਇੱਕ ਮਹੀਨਾ ਜਿਹੜਾ ਉਹ ਬਹੁਤ ਇੰਪੋਰਟੈਂਟ ਆ, ਕੱਲ੍ਹ ਨੂੰ ਪੜ੍ਹਾਈ ਨੇ ਹੀ ਉਹਨਾਂ ਦੇ ਕੰਮ ਆਉਣਾ। ਸੋ ਇਹ ਸਮਾਂ ਹੈ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਉਹਨਾਂ ਨੂੰ ਇਨਕਰੇਜ ਕਰਨ ਦਾ ਕਿ ਉਹ ਫਾਲਤੂ ਦੀਆਂ ਖਬਰਾਂ, ਫਾਲਤੂ ਦੇ ਮੋਬਾਈਲ, ਫਾਲਤੂ ਦੀਆਂ ਚੀਜ਼ਾਂ ਤੋਂ ਪਰੇ ਉਹਨਾਂ ਦਾ ਧਿਆਨ ਹਟ ਕੇ ਅਤੇ ਵਾਕਈ ਉਹ ਜਿਹੜੀਆਂ ਚੀਜ਼ਾਂ 'ਚ ਆਪਣੀ ਪੜ੍ਹਾਈ 'ਚ ਜਿਹੜੇ ਆ ਇੰਗੇਜ ਹੋਣ, ਉਹਨਾਂ ਦੀ ਹੈਲਪ ਕਰੀਏ ਕਿ ਵਾਕਈ ਉਹਨਾਂ ਨੂੰ ਲੱਗੇ ਕਿ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਜੇ ਐਜੂਕੇਸ਼ਨ ਸਾਡੀ ਵਧੀਆ ਹੁੰਦੀ ਅਤੇ ਜਾਂ ਜੇ ਐਜੂਕੇਸ਼ਨ ਦਾ ਮਿਆਰ ਅਸੀਂ ਚੁੱਕ ਦਈਏ ਤਾਂ ਸਾਨੂੰ ਅਜਿਹੀਆਂ ਪ੍ਰੋਬਲਮਸ ਜਿਹੜੀਆਂ ਅਸੀਂ ਬੜੀਆਂ ਸੌਖੇ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ। ਸੋ ਗਵਰਨਮੈਂਟ ਨੂੰ ਕਰੰਟਲੀ ਜਿਹੜਾ ਵਾ ਕਿਤੇ ਨਾ ਕਿਤੇ ਸਕੂਲਸ ਨੂੰ ਬਹੁਤ ਜਲਦ ਜਿਹੜਾ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ, ਉਹਨਾਂ ਨੂੰ ਟੈਕਸ ਸੇਵੀ ਬਣਾਉਣ 'ਚ, ਕਿ ਉਹਨਾਂ ਦਾ ਟੈਕਨੋਲੋਜੀ 'ਚ ਜਿਹੜੀ ਸਕੂਲਸ ਦੀ ਹੈਲਪ ਕਰਨ, ਕਿਵੇਂ ਉਹ ਆਨਲਾਈਨ ਆਉਣ, ਕੋਈ ਪ੍ਰੋਸੈਸ ਜਿਹੜਾ ਵਾ ਉਹ ਲਾਂਚ ਕਰਨ, ਸਕੂਲਾਂ ਨੂੰ ਸਬਸਿਡੀਜ਼ ਦੇਣ ਜਾਂ ਉਹਨਾਂ ਨੂੰ ਹੈਲਪ ਕਰਨ ਫਾਈਨੈਂਸ਼ਲੀ ਕਿ ਉਹ ਆਪਣਾ ਇੱਕ ਆਨਲਾਈਨ ਪ੍ਰੋਸੈਸ ਜਿਹੜਾ ਉਹ ਸੈਟਅਪ ਕਰ ਸਕਣ, ਕੋਈ ਬਜਟ ਉਹਨਾਂ ਨੂੰ ਅਲਾਟ ਕਰਨ, ਕਿਉਂਕਿ ਕਰੰਟ ਸਾਨੂੰ ਇਸ ਚੀਜ਼ ਦੀ ਜ਼ਰੂਰਤ ਆ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਇਮੀਡੀਏਟ ਸਾਡਾ ਜੇ ਲੋਕਡਾਊਨ ਜਦੋਂ ਵੀ ਖੁੱਲ੍ਹਦਾ ਹੈ ਜਾਂ ਜਦੋਂ ਵੀ ਰਿਲੈਕਸੇਸ਼ਨ ਹੁੰਦੀ ਹੈ ਤਾਂ ਅਸੀਂ ਵੀ ਨਹੀਂ ਚਾਹੁੰਦੇ ਕਿ ਇਮੀਡੀਏਟ ਸਾਰੇ ਦੇ ਸਾਰੇ ਬੱਚੇ ਜਿਹੜੇ ਉਹ ਸਕੂਲ ਆ ਜਾਣ। ਸੋ ਸਾਨੂੰ ਕਿਤੇ ਨਾ ਕਿਤੇ ਆਪਣੇ ਸਕੂਲਾਂ ਨੂੰ ਟੈਕਸ ਵੀ ਬਣਾਉਣਾ ਪਏਗਾ ਕਿ ਥੋੜ੍ਹੇ ਬੱਚੇ ਜਾਂ ਥੋੜ੍ਹੇ ਦਿਨ ਜਾਂ ਥੋੜ੍ਹੇ ਘੰਟੇ ਬੱਚੇ ਸ਼ੁਰੂਆਤੀ ਤੌਰ 'ਚ ਸਕੂਲ 'ਚ ਆਉਣ, ਉਹਨਾਂ ਨੂੰ ਰੋਜ਼ ਰੋਜ਼ ਸਕੂਲ ਬਹੁਤ ਲੰਬੇ ਸਮੇਂ ਲਈ ਨਾ ਆਉਣਾ ਪਵੇ। ਅਤੇ ਇਸ ਕਰਕੇ ਅਸੀਂ ਟੈਕਨੀਕਲੀ ਬੜੇ ਸਟਰੋਂਗ ਹੋਣੇ ਚਾਹੀਦੇ। ਅੱਜ ਜੇ ਅਸੀਂ ਟੈਕਨੀਕਲੀ ਸਟਰੋਂਗ ਹੁੰਦੇ ਸਾਡੇ ਸਕੂਲ, ਜਾਂ ਫਿਰ ਅਸੀਂ ਦੂਸਰੇ ਕੰਟਰੀਜ਼ ਵਾਂਗੂ ਆਪਣੇ ਬੱਚਿਆਂ ਕੋਲ ਸਾਡੇ ਇਕੱਲੇ ਇਕੱਲੇ ਬੱਚੇ ਕੋਲ ਟੈਬਲੇਟਸ ਹੁੰਦੇ, ਅਤੇ ਜਾਂ ਫਿਰ ਸਾਡੇ ਜਿਹੜੇ ਟੀਚਰਸ ਆ ਉਹ ਇੰਨੇ ਅਵੇਅਰ ਹੁੰਦੇ, ਇੰਨੇ ਐਜੂਕੇਟਿਡ ਹੁੰਦੇ, ਟੈਕਨੋਲੋਜੀ ਜੇ ਉਹਨਾਂ ਨੂੰ ਪਤਾ ਹੁੰਦੀ ਐਡਵਾਂਸਮੈਂਟ ਦਾ, ਜਾਂ ਸਕੂਲਾਂ ਨੇ ਉਹ ਚੀਜ਼ਾਂ ਇੰਟਰੋਡਿਊਸ ਕੀਤੀਆਂ ਹੁੰਦੀਆਂ, ਇੱਕ ਪ੍ਰੋਸੈਸ ਬਣਿਆ ਹੁੰਦਾ, ਅਤੇ ਭਾਵੇਂ ਪੂਰਾ ਸਾਲ ਹੀ ਸਾਡੇ ਬੱਚੇ ਜਿਹੜੇ ਆ ਉਹ ਘਰ ਬੈਠ ਕੇ ਪੜ੍ਹਦੇ, ਬਹੁਤ ਘੱਟ ਸਮੇਂ ਲਈ ਜਿਹੜਾ ਉਹ ਸਕੂਲ ਆਉਂਦੇ। ਸੋ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਸਕੂਲਸ ਨੂੰ, ਹਰ ਸਕੂਲ ਨੂੰ, ਸਾਰੇ ਸਕੂਲਸ ਨੂੰ ਹੀ ਆਨਲਾਈਨ ਆਉਣ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਆ। ਅਤੇ ਕਿਤੇ ਨਾ ਕਿਤੇ ਗਵਰਨਮੈਂਟ ਵੀ, ਮੈਂ ਹੁਣੇ ਇੱਕ ਮੈਂ ਵਿਜੇ ਇੰਦਰ ਸਿੰਗਲਾ ਜੀ ਦੀ ਮੈਂ ਇੰਟਰਵਿਊ ਅੱਜ ਸੁਣੀ ਸੀ 1 o'clock ਜਿਹੜੀ ਉਹਨਾਂ ਨੇ ਪਾਈ ਆਪਣੇ ਪੇਜ 'ਤੇ, ਬਿਲਕੁਲ 100% ਜਿਹੜੀ ਆ ਉਹ
ਸਹਿਮਤ ਹਾਂ ਮੈਂ ਸਾਰੇ ਪੁਆਇੰਟਸ ਨਾਲ ਅਤੇ ਬਹੁਤ ਹੀ ਅੱਛਾ ਹਰ ਸਵਾਲ ਦਾ ਉਹਨਾਂ ਨੇ ਜਿਹੜਾ ਉਹਦੇ ਵਿੱਚ ਜਵਾਬ ਦਿੱਤਾ ਹੈ। ਆਈ ਰਿਕਮੈਂਡ ਐਵਰੀਬਡੀ ਕਿ ਤੁਸੀਂ ਉੱਥੋਂ ਵੀ ਜਿਹੜੀ ਆ ਜ਼ਰੂਰ ਉਹਨਾਂ ਨੂੰ ਸੁਣੋ। ਪਰ ਨਾਲ ਹੀ ਕਿਤੇ ਨਾ ਕਿਤੇ ਮੈਂ ਇਹ ਆਪਣਾ ਸੁਝਾਅ ਦੇਣਾ ਚਾਹੁੰਦੀ ਕਿ ਇੰਨਾ ਜ਼ਿਆਦਾ ਸਟ੍ਰਿਕਟ ਜਿਹੜਾ ਵਾ ਜਿੱਦਾਂ ਕਿ ਉਹਨਾਂ ਦੀ ਜਿਹੜੀ ਆ ਮਾਨਤਾ ਰੱਦ ਹੋ ਜਾਏਗੀ ਸਕੂਲ ਦੀ। ਸੋ ਇੱਦਾਂ ਦੀਆਂ ਜਿਹੜੀਆਂ ਵਾ ਇੱਦਾਂ ਦੀ ਸਟ੍ਰਿਕਟਨੈਸ ਜਿਹੜੀ ਆ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ। ਕਿਤੇ ਨਾ ਕਿਤੇ ਬਹੁਤ ਪੇਰੈਂਟਸ ਹੈਗੇ ਨੇ ਭਾਵੇਂ ਉਹ 20% ਹੀ ਹੋਣ 10% ਹੀ ਹੋਣ ਜਿਹੜੇ ਕਿ ਦੇ ਆਰ ਓਕੇ ਟੂ ਪੇ ਦਾ ਫੀਸ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ। ਸੋ ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਪੇ ਕਰ ਸਕਦੇ ਨੇ ਜਾਂ ਜਿਹੜੇ ਪੇਰੈਂਟਸ ਪੇ ਕਰਨਾ ਚਾਹੁੰਦੇ ਨੇ ਜਾਂ ਜਿਹਨਾਂ ਨੂੰ ਨਹੀਂ ਪ੍ਰੋਬਲਮ, ਲੈਟ ਦੈਮ ਪੇ, ਉਹ ਪੇ ਕਰਨ ਅਤੇ ਬਾਕੀ ਜਿਹੜੇ ਪੇਰੈਂਟਸ ਆ ਉਹ ਇਮੀਡੀਏਟ ਪ੍ਰੈਸ਼ਰ 'ਚ ਨਾ ਆਉਣ ਕਿ ਸਾਨੂੰ ਪੇ ਕਰਨਾ ਪਏਗਾ। ਕਿਉਂਕਿ ਜੇ ਕੁਛ ਪੇਰੈਂਟਸ ਵੀ ਪੇ ਕਰ ਦਿੰਦੇ ਨੇ ਅਤੇ ਰੈਂਟ ਪੇ ਕਰਨ 'ਚ, ਇਲੈਕਟ੍ਰੀਸਿਟੀ ਪੇ ਕਰਨ 'ਚ ਜਾਂ ਫਿਰ ਨੋਨ ਟੀਚਿੰਗ ਸਟਾਫ ਦੀ ਸੈਲਰੀ ਪੇ ਕਰਨ 'ਚ ਜਾਂ ਫਿਰ ਟੀਚਰਸ ਦੀ ਪਾਰਸ਼ਲੀ ਸੈਲਰੀ ਪੇ ਕਰਨ 'ਚ, ਬਹੁਤ ਚੀਜ਼ਾਂ 'ਚ ਜਿਹੜੀ ਆ ਸਕੂਲਾਂ ਦੀ ਹੈਲਪ ਹੋ ਜਾਏਗੀ। ਸੋ ਪਲੀਜ਼ ਆਪਣੀ ਜਗ੍ਹਾ 'ਤੇ ਬੈਠ ਕੇ ਪੇਰੈਂਟਸ ਜਾਂ ਫਿਰ ਸਰਕਾਰ ਵੀ ਇਹ ਨਾ ਸੋਚੇ ਕਿ ਹਰ ਸਕੂਲ ਜਿਹੜਾ ਪ੍ਰੋਫਿਟੇਬਲ ਹੀ ਬੈਠਾ ਹੈ ਅਤੇ ਉਹਦੇ ਕੋਲ ਬਹੁਤ ਸਾਰੇ ਪੈਸੇ ਨੇ, ਇੱਦਾਂ ਨਹੀਂ ਆ। ਮੈਂ ਮੰਨਦੀ ਕਿ 10% ਸਕੂਲ ਹੋ ਸਕਦੇ ਕਿ ਜਿਹੜੇ ਸਰਵਾਈਵ ਕਰ ਸਕਦੇ ਨੇ, 20% ਹੋ ਸਕਦੇ ਨੇ, 50% ਹੋ ਸਕਦੇ ਨੇ, ਬਟ 50% ਐਸੇ ਸਕੂਲ ਵੀ ਨੇ ਕਿ ਜਿਹੜੇ ਹੁਣ ਕਰਜ਼ਿਆਂ ਦੇ ਹੇਠ ਆ ਜਾਣਗੇ ਅਤੇ ਜਿਨ੍ਹਾਂ ਕਰਕੇ ਸਾਡੇ ਹੀ ਬੱਚਿਆਂ ਦੀ ਜਿਹੜੀ ਆ ਉਹ ਐਜੂਕੇਸ਼ਨ ਦੀ ਜਿਹੜੀ ਕੁਆਲਿਟੀ ਆ ਉਹ ਜਿਹੜੀ ਆ ਡਾਊਨ ਜਾਏਗੀ, ਜਿਹੜੀ ਕਿ ਸਾਨੂੰ ਨਹੀਂ ਹੋਣ ਦੇਣੀ ਚਾਹੀਦੀ। ਸੋ ਜਿੱਥੇ ਬੱਚਿਆਂ ਦੀ ਗੱਲ ਆ ਜਾਂਦੀ ਆ ਉੱਥੇ ਤਾਂ ਮੈਂ ਕਹਾਂਗੀ, ਜਿੱਥੇ ਪੜ੍ਹਾਈ ਦੀ ਗੱਲ ਆ ਜਾਂਦੀ ਉੱਥੇ ਸਾਨੂੰ ਇੱਕ ਵਕਤ ਦੀ ਰੋਟੀ ਛੱਡ ਕੇ ਵੀ ਬੱਚੇ ਦੀ ਜਿਹੜੀ ਆ ਉਹ ਫੀਸ ਪੇ ਕਰ ਦੇਣੀ ਚਾਹੀਦੀ। ਸੋ ਦਿਸ ਇਜ਼ ਵਟ ਆਈ ਬਿਲੀਵ, ਅਤੇ ਸਰਕਾਰ ਨੂੰ ਵੀ ਇਹਦੇ 'ਚ ਸਾਨੂੰ ਜਿਹੜਾ ਪੂਰਾ ਹੈਲਪ ਕਰਨਾ ਚਾਹੀਦਾ। ਸੋ ਜੇ ਲੋਕਡਾਊਨ ਜਿਹੜਾ ਹੈ ਉਹ ਐਕਸਟੈਂਡ ਹੋ ਜਾਂਦਾ ਹੈ, ਸਪੋਜ਼ ਦਿਸ ਗੋਜ਼ ਟੂ ਜੂਨ ਐਂਡ ਈਵਨ ਜੂਨ ਤੋਂ ਵੀ ਅੱਗੇ ਜੇ ਇਹ ਲੋਕਡਾਊਨ ਹੋ ਜਾਂਦਾ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿਲੇਬਸ ਨੂੰ ਵੀ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਆ। ਬੱਚਿਆਂ ਨੂੰ ਜਿਹੜੇ ਮੋਸਟ ਇੰਪੋਰਟੈਂਟ ਟੋਪਿਕਸ ਆ ਉਹਨਾਂ ਦਾ ਹੀ ਉਹਨਾਂ ਦਾ ਸਿਲੇਬਸ ਬਣੇ ਅਤੇ ਬੱਚਿਆਂ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਜਿਹੜਾ ਲੋਡ ਆ ਉਹ ਨਾ ਹੋਵੇ, ਥੋੜ੍ਹਾ ਹੀ ਸਿਲੇਬਸ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਕਰਾਇਆ ਜਾਵੇ। ਮੈਨੂੰ ਲੱਗਦਾ ਕਿ ਇਹ ਸਟ੍ਰੈਟਜੀ ਜਿਹੜੀ ਆ ਉਹ ਕਰੀਕੁਲਮ 'ਚ ਜਿਹੜੀ ਅਪਣਾਉਣੀ ਚਾਹੀਦੀ ਹੈ। ਸੋ ਅਖੀਰ 'ਤੇ ਮੈਂ ਇਹੀ ਕਹਾਂਗੀ ਕਿ ਆਪਣੇ ਬੱਚਿਆਂ ਦਾ ਤੁਸੀਂ ਧਿਆਨ ਰੱਖੋ, ਬਿਲਕੁਲ ਤੁਸੀਂ ਸੇਫ ਰਹੋ, ਐਜੂਕੇਸ਼ਨ ਨੂੰ ਤੁਸੀਂ ਪ੍ਰਾਇਰਿਟੀ ਦਿਓ, ਜਿਵੇਂ ਅਸੀਂ ਹੈਲਥ ਨੂੰ ਦੇ ਰਹੇ ਹਾਂ, ਖਾਣੇ ਨੂੰ ਦੇ ਰਹੇ ਹਾਂ, ਉਸੇ ਤਰ੍ਹਾਂ ਜਿਹੜੀ ਆ ਪੜ੍ਹਾਈ ਨੂੰ ਵੀ ਇਸ ਵਕਤ ਜਿਹੜੀ ਆ ਉਹ ਬਹੁਤ ਜ਼ਰੂਰਤ ਆ ਕਿ ਅਸੀਂ ਤਰਜੀਹ ਦਈਏ। ਅਤੇ ਅੱਜ ਹੀ ਜਦੋਂ ਮੈਂ ਕਈ ਪ੍ਰਿੰਸੀਪਲਸ ਨਾਲ ਗੱਲ ਕਰ ਰਹੀ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਕੁਛ ਪੇਰੈਂਟਸ ਇੱਦਾਂ ਦੇ ਨੇ ਕਿ ਉਹ ਕਹਿੰਦੇ ਨੇ ਕਿ ਉਹ ਇੰਨੇ ਡਰ ਗਏ ਨੇ ਕਿ ਜੇ ਲੋਕਡਾਊਨ ਖੁੱਲ੍ਹ ਵੀ ਜਾਏਗਾ ਤਾਂ ਫਿਰ ਵੀ ਅਸੀਂ ਆਪਣੇ ਬੱਚਿਆਂ ਨੂੰ ਜਿਹੜੇ ਐਟਲੀਸਟ 1-2 ਮਹੀਨੇ ਸਕੂਲ ਨਹੀਂ ਭੇਜਾਂਗੇ। ਸੋ ਕਿਤੇ ਨਾ ਕਿਤੇ ਮੈਂ ਪੇਰੈਂਟਸ ਨੂੰ ਰਿਕੁਐਸਟ ਕਰਾਂਗੀ ਕਿ ਇਸ ਚੀਜ਼ ਦਾ ਬੱਚਿਆਂ ਦੇ ਜਿਹੜੇ ਮਾਨਸਿਕ ਜਿਹੜਾ ਵਾ ਉਹ ਪ੍ਰਭਾਵ ਬਹੁਤ ਹੀ ਡਰਾਵਨਾ ਅਤੇ ਨੈਗੇਟਿਵ ਪਏਗਾ। ਉਲਟਾ ਅਸੀਂ ਤਾਂ ਬੱਚਿਆਂ ਨੂੰ ਸਗੋਂ ਇਹਦੇ ਵਿੱਚੋਂ ਬਾਹਰ ਕੱਢਣਾ। ਸੋ ਬਹੁਤ ਜ਼ਿਆਦਾ ਜਿਹੜਾ ਉਹ ਡਰ ਦਾ ਮਾਹੌਲ ਅਸੀਂ ਨਾ ਕ੍ਰੀਏਟ ਕਰੀਏ, ਇਹਦੇ ਨਾਲ ਸਾਰੇ ਹੀ ਪੈਨਿਕ ਜਿਹੜੇ ਆ ਹੁੰਦੇ ਆ। ਉੱਥੇ ਅਸੀਂ ਬੱਚਿਆਂ ਨੂੰ ਸਗੋਂ ਸਾਫ਼ ਸਫਾਈ ਰੱਖਣ ਦਾ, ਕਿੱਦਾਂ ਆਪਣੇ ਆਪ ਨੂੰ ਯੂਨੋ ਕੋਸ਼ੀਅਸ ਰਹਿਣਾ ਹੈ, ਪ੍ਰੀਕੋਸ਼ਨਸ ਕਿੱਦਾਂ ਅਸੀਂ ਕਰਨੇ ਆ, ਸੋ ਇਹ ਚੀਜ਼ਾਂ ਤੋਂ ਅਸੀਂ ਬੱਚਿਆਂ ਨੂੰ ਟੀਚ ਕਰੀਏ, ਨਾ ਕਿ ਅਸੀਂ ਬੱਚਿਆਂ ਦੇ ਅੰਦਰ ਡਰ ਦਾ ਮਾਹੌਲ ਬਣਾ ਦਈਏ ਕਿ ਅਸੀਂ ਤੁਹਾਨੂੰ ਸਕੂਲ ਜਿਹੜਾ ਉਹ ਨਹੀਂ ਭੇਜਾਂਗੇ। ਸੋ ਸਟੱਡੀ ਇਜ਼ ਵੈਰੀ ਵੈਰੀ ਇੰਪੋਰਟੈਂਟ, ਐਜੂਕੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ, ਅਤੇ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਜਿਹੜੇ ਵਿੱਦਿਅਕ ਅਦਾਰੇ ਨੇ ਸਕੂਲਾਂ ਦੇ ਪ੍ਰਤੀ ਜਿਹੜੀ ਆ ਸਾਡੀ ਰਿਸਪੈਕਟ ਜਿਹੜੀ ਆ ਉਹ ਘੱਟਦੀ ਜਾ ਰਹੀ ਆ, ਟੀਚਰਸ ਦੇ ਪ੍ਰਤੀ ਰਿਸਪੈਕਟ ਘੱਟਦੀ ਜਾ ਰਹੀ ਆ। ਭਾਵੇਂ ਉਹ ਨਹੀਂ ਵੀ ਬਿਜ਼ਨਸ ਕਰ ਪਾ ਰਹੇ, ਫਿਰ ਵੀ ਸਾਡੀ ਮੈਂਟੈਲਿਟੀ ਇੱਦਾਂ ਦੀ ਬਣ ਗਈ ਕਿ ਨਹੀਂ ਉਹ ਬਿਜ਼ਨਸ ਹੀ ਕਰ ਰਹੇ ਨੇ। ਸੋ ਇਹਨਾਂ ਚੀਜ਼ਾਂ ਤੋਂ ਅਸੀਂ ਜਿਹੜਾ ਮੈਂ ਕਹਾਂਗੀ ਕਿ ਅਸੀਂ ਬਾਹਰ ਆਈਏ, ਭਾਵੇਂ ਉਹ ਬਿਜ਼ਨਸ ਕਰ ਰਹੇ ਹੋਣ,
ਭਾਵੇਂ ਸਾਡਾ ਮੈਂ ਕਹਿੰਦੀ ਕਿ ਵੱਧ 200-300 ਦਾ 500-1000 ਦਾ ਨੁਕਸਾਨ ਵੀ ਹੋ ਜੇ, ਪਰ ਪਲੀਜ਼ ਇਸ ਚੀਜ਼ ਵੱਲ ਧਿਆਨ ਦਈਏ ਕਿ ਇਹ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਮਾਮਲਾ ਹੈ। ਇਹ ਉਹ ਚੀਜ਼ ਅਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਜੋ ਕਿ ਸਾਰੀ ਉਮਰ ਉਹਨਾਂ ਦੇ ਨਾਲ ਰਹਿਣੀ ਆ, ਸਾਰੀ ਉਮਰ ਦਾ ਉਹਨਾਂ ਦਾ ਯੂਨੋ ਉਹਨਾਂ ਦਾ ਇੱਕ ਗਹਿਣਾ ਹੈ ਜਿਹੜਾ ਪੇਰੈਂਟਸ ਵੱਲੋਂ ਉਹਨਾਂ ਨੂੰ ਦਿੱਤਾ ਜਾਂਦਾ ਹੈ, ਸਾਰੀ ਉਮਰ ਦਾ ਜਿਹੜਾ ਇੱਕ ਗੁਣ ਆ ਜਿਹੜੇ ਬੱਚੇ ਨੂੰ ਮਿਲ ਜਾਂਦਾ, ਸੋ ਉਹਨੂੰ ਇੰਪੋਰਟੈਂਸ ਦੇਣਾ ਸਾਡੇ ਲਈ ਬਹੁਤ ਬਹੁਤ ਜ਼ਰੂਰੀ ਆ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮਨਦੀਪ ਕੌਰ ਸਿੱਧੂ।